मेरे हार्ट की जी परसेंटेज है 17 रह गई सी। मैं कहा भी ये बंदा बच नहीं सकता। भी डॉक्टर ने मेरा पहला तो जवाब दे दिता, पर बाबा जी के कहने भी उन्हें कहा भी कोई गल नहीं है, बच्चे ने स्पोर्ट्स वाला है इन्हें इंप्रूव कर जाना। अज मैं नाल स्पोर्ट्स भी कर रहा जी, उस तो बाद मैं दोबारे अपनी गेम शुरू की थी। तो जी मेरी हार्ट की भी हूँ जी है परसेंटेज नॉर्मल 55। जिंदगी का एक इदा का मोड भी आ जाता कई बार कि जिथे उम्मीदा मुक जाए। बिल्कुल जी किसी खा सरकारी महकमे है या ड्यूटी कितने करते हो? मैं जी पंजाब पुलिस साइड डिपार्टमेंट। एक इन्होंने स्पोर्ट्स की भी दहशत है, जिन्हें अभी दो तीन लड़के लगे हैं स्पोर्ट्स वाले हैं। अच्छा, तो उन्होंने पता लग जाता भी यार ये बंदे स्पोर्ट्स वाले आ जां बड़े फिट बंदे ने। जो कोई बंदा दौड़ता भी अभी दौड़न नहीं देंगे, अभी बंदा दौड़ के फड़ ले। तुम कितने भी लैके जाओ, तुम तो चलो इतने आए जे ना, तुम पिंड लैवल से जाओगे ना, सारे बच्चे गरीब तरह से ट्रेनिंग करते जी। जिहड़े बच्चे को मोटरसाइकिल आ गया है उन्हें प्रैक्टिस नहीं करनी, जिहड़े को मोबाइल आ गया उन्हें 15,000 का, उन्हें तो नहीं कहना भी मैं मोबाइल तो उठा, उस तो निकल ही जाना सब कुछ। हाँ, कुछ निकल जाना, अलग अलग नवी चीज लड़ी तुरी रहनी है। तुरी रहनी है तो उन्हें देखी भी बच्चों को मोबाइल छड़ के उन्होंने शाम के टाइम ग्राउंड के अपने आप को बचाना। तो अही पैसा कमा के कहदे वास्ते रखांगे जे बच्चा नशियां च लग गया? तुम जिन्ने मर्जी करोड़ा जोड़ लो उन्हें खत्म करता। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭਾਜੀ? ਬਸ ਠੀਕ ਹੈ ਜੀ। ਭਾਜੀ ਤੁਸੀਂ ਜਸਪਿੰਦਰ ਸਿੰਘ ਦੀ? ਹਾਂਜੀ ਹਾਂਜੀ। ਵੈਰੀ ਗੁੱਡ ਵੈਰੀ ਗੁੱਡ। ਤੁਹਾਡਾ ਬੜਾ ਨਾਮ ਸੁਣਿਆ ਜੀ, ਬੜਾ ਤੁਹਾਡੀ ਸੂਰਤ ਦੇਖ ਕੇ ਬੜੀ ਖੁਸ਼ੀ ਹੋਈ। ਤੇ ਅਸੀਂ ਆਏ ਸੀਗੇ ਜੀ HSN ਨਿਊਜ਼ ਐਂਡ ਐਂਟਰਟੇਨਮੈਂਟ ਤੋਂ। ਠੀਕ ਹੈ ਜੀ, ਚੈਨਲ ਤੋਂ। ਮੇਰਾ ਨਾਮ ਗੁਰਪ੍ਰੀਤ ਸਿੰਘ ਸੰਧੂ ਹੈ ਜੀ। ਓਕੇ ਜੀ। ਤੋ ਅਸੀਂ ਦੇਖਣ ਆਏ ਸੀਗੇ ਕਿ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਚੱਲੀਏ, ਕਿੱਥੇ ਕੀ ਐਕਟੀਵਿਟੀ ਆ ਉਹ ਦੇਖਣ ਅਸੀਂ ਆਏ ਹਾਂ। ਠੀਕ ਹੈ ਜੀ। ਤੇ ਤੁਸੀਂ ਸੁਣਾਓ, ਕਿੱਦਾਂ ਤੁਹਾਡਾ ਹਾਲ ਚਾਲ ਆ? ਬਹੁਤ ਵਧੀਆ ਜੀ, ਕਿਰਪਾ ਜੀ, ਵਧੀਆ। ਅੱਛਾ, ਤੁਸੀਂ ਆਪਣੀਆਂ ਖੇਡ ਬਾਰੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੀਆਂ ਕੀਮਤੀ ਜਿਹੜੇ ਵਿਚਾਰ ਹੈ ਜਾਣਕਾਰੀ ਸਾਂਝੀ ਕਰੋ। ਤੁਸੀਂ ਜੀਵਨ ਦੇ ਵਿੱਚ ਐਥਲੀਟਿਕ ਦੇ ਵਿੱਚ ਅਸੀਂ ਤੁਹਾਡਾ ਬੜਾ ਨਾਂ ਆ। ਹਾਂਜੀ, ਪਿੱਛੇ ਜੇ ਤੁਹਾਡਾ ਖਬਰਾਂ ਵੀ ਆਈਆਂ ਸੀ ਤੇ ਗੋਲਡ ਮੈਡਲ ਦਿੱਤੇ। ਹਾਂਜੀ ਹਾਂਜੀ। ਅੱਛਾ, ਇਹ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਜਿਹੜੀ ਤੁਹਾਡੀ ਕਹਾਣੀ ਸ਼ੁਰੂ ਹੁੰਦੀ ਹੈ, ਹਾਂਜੀ, ਇਹ ਜਿਹੜਾ ਜਜ਼ਬਾ ਤੁਹਾਡੇ ਅੰਦਰ ਆਉਂਦਾ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਪਰਿਵਾਰਕ ਜਿਹੜਾ ਪਿਛੋਕੜ ਆ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਠੀਕ ਹੈ ਜੀ। ਅਸੀਂ ਜੀ ਡਿਸਟ੍ਰਿਕਟ ਗੁਰਦਾਸਪੁਰ ਪਿੰਡ ਵੈਲ ਜਲੰਗੋਵਾਲ ਕਲਾਂ ਦੇ ਰਹਿਣ ਵਾਲੇ ਹਾਂ। ਠੀਕ ਹੈ। ਤੇ ਮੈਂ ਸਪੋਰਟਸ ਕੋਟੇ ਦੇ ਵਿੱਚ ਇੱਥੇ ਭਰਤੀ ਹੋਇਆ ਜੀ। ਤੇ ਮੇਰੇ ਜਿਹੜੇ ਚਾਚਾ ਜੀ ਦੇ ਲੜਕੇ ਸੀਗੇ ਉਹ ਹਾਕੀ ਖੇਡਦੇ ਸੀਗੇ ਪਹਿਲਾਂ ਇੱਥੇ ਜਲੰਧਰ ਸਪੋਰਟਸ ਸਕੂਲ ਦੇ ਵਿੱਚ। ਅੱਛਾ। ਤੇ ਉਹਨਾਂ ਨੇ ਸਾਨੂੰ ਸਪੋਰਟਸ ਦੇ ਦੁਆਰਾ ਸ਼ੁਰੂ ਕਰਾਈ ਗੇਮਸ। ਤੇ ਮਨਜੀਤ ਵਾਲੀਆ ਨੇ ਜੀ ਜਿਹੜੀ ਏਸ਼ੀਆ ਦੀ ਪਹਿਲੀ ਗੋਲਡ ਮੈਡਲਿਸਟ ਹੋਏ ਆ 400 ਮੀਟਰ ਹਰਡਲ ਦੇ ਵਿੱਚੋਂ ਜੀ, ਉਹਨਾਂ ਕੋਲੋਂ ਮੈਂ ਹਰਡਲ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ 10th ਕਲਾਸ ਦੇ ਵਿੱਚ। ਅੱਛਾ। ਕਲਾਸ 1 ਦੇ ਵਿੱਚ, ਬਾਅਦ ਵਿੱਚ ਮੈਂ ਸਪੋਰਟਸ ਕੋਟੇ ਦੇ ਵਿੱਚ ਭਰਤੀ ਹੋ ਗਿਆ ਜੀ ਤੇ ਪੀਏਬੀ ਦੇ ਵਿੱਚ ਜੀ। ਉਸ ਤੋਂ ਬਾਅਦ ਕੰਟੀਨਿਊ ਮੇਰੀ ਸਪੋਰਟਸ ਚੱਲਦੀ ਰਹੀ ਆ, ਉਹਦੇ ਵਿੱਚ ਮੈਂ ਨੈਸ਼ਨਲ ਵੀ ਤੇ ਆਲ ਇੰਡੀਆ ਪੁਲਿਸ ਲੈਵਲ ਦੇ ਵੀ ਮੈਡਲ ਜਿੱਤੇ ਆ ਜੀ। ਉਸ ਤੋਂ ਬਾਅਦ ਕੁਝ ਪ੍ਰੋਬਲਮ ਕਰਕੇ ਮੈਂ ਮੇਰੀ ਸਪੋਰਟਸ ਛੱਡਣੀ ਪਈ, ਕਿਉਂਕਿ ਮੈਨੂੰ ਥੋੜੀ ਅੱਖ ਦੀ ਪ੍ਰੋਬਲਮ ਹੋ ਗਈ ਸੀ ਇੱਕ ਵਾਰ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਮੈਂ ਫਿਰ 11 ਸਾਲ ਅਜੇ ਕੋਚ ਕੰਮ ਕੀਤਾ ਸਪੋਰਟਸ ਸਕੂਲ ਤੇ HME ਕਾਲਜ ਦੇ ਵਿੱਚ। ਅੱਛਾ ਜੀ। ਉਸ ਤੋਂ ਬਾਅਦ 2016 ਦੇ ਵਿੱਚ ਜੀ ਸਾਨੂੰ ਸਪੋਰਟਸ ਦਾ ਬਹੁਤ ਵਧੀਆ ਰਿਜ਼ਲਟ ਸੀਗੇ, ਛੋਟੇ ਬੱਚਿਆਂ ਨੂੰ ਹੀ ਟ੍ਰੇਨਿੰਗ ਦਿੰਦੇ ਸੀ, ਛੋਟੇ ਬੱਚਿਆਂ ਨੂੰ ਟ੍ਰੇਨਿੰਗ ਲੈ ਕੇ ਤੇ ਉਹ ਬਹੁਤ ਵਧੀਆ ਨੈਸ਼ਨਲ ਤੱਕ ਮੈਡਲ ਲੈ ਕੇ ਗਏ। ਅੱਛਾ। ਉਹ ਸਰਕਾਰਾਂ ਦੇ ਕਰਕੇ ਉਹ ਜਿਹੜੇ ਪੁਲਿਸ ਕੋਚ ਲੱਗੇ ਸੀਗੇ ਉਹ ਇਹਨਾਂ ਨੇ ਵਾਪਸ ਬੁਲਾ ਲਏ, ਉਹਦੇ ਕਰਕੇ ਬੱਚਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਜਿਹੜੇ ਕਿ ਨਸ਼ਿਆਂ ਵੱਲ ਤੁਰੇ ਨੇ ਬੱਚੇ। ਚਲੋ ਅਸੀਂ ਤੇ ਆਪਣੀ ਆਲਰੇਡੀ ਡਿਊਟੀ ਕਰ ਰਹੇ ਸੀਗੇ ਤੇ ਅਸੀਂ ਇੱਧਰ ਫੀਲਡ ਦੇ ਵਿੱਚ ਆ ਗਏ ਆਪਣੀ ਡਿਊਟੀ ਦੇ ਦੌਰਾਨ। ਉਸ ਤੋਂ ਬਾਅਦ 2016 ਦੇ ਵਿੱਚ ਮੇਰੇ ਇਨਫੈਕਸ਼ਨ ਹੋਣ ਕਰਕੇ ਮੇਰੇ ਹਾਰਟ ਦੀ ਜਿਹੜੀ ਪਰਸੈਂਟੇਜ ਹੈ 17 ਰਹਿ ਗਈ ਸੀਗੀ। ਅੱਛਾ। ਤੇ ਉਸ ਤੋਂ ਬਾਅਦ ਇੱਕ ਡਾਕਟਰ ਸਾਹਿਬ ਨੂੰ ਮਿਲੇ ਮੈਂ ਜਾ ਕੇ, ਉਹਨਾਂ ਕਿਹਾ ਵੀ ਇਹ ਬੰਦਾ ਬਚ ਨਹੀਂ ਸਕਦਾ। ਅੱਛਾ। ਉਸ ਤੋਂ ਬਾਅਦ ਮੈਂ SGL ਹਸਪੀਟਲ ਗਿਆ ਜੀ ਬਾਬਾ ਲਖਮੀਦਾ ਸਿੰਘ ਜੀ ਦੇ, ਉੱਥੇ ਟ੍ਰੀਟਮੈਂਟ ਸ਼ੁਰੂ ਹੋਇਆ ਮੇਰਾ। ਉੱਥੇ ਵੀ ਡਾਕਟਰਾਂ ਨੇ ਮੇਰਾ ਪਹਿਲਾਂ ਤੇ ਜਵਾਬ ਦੇ ਦਿੱਤਾ, ਪਰ ਬਾਬਾ ਜੀ ਦੇ ਕਹਿਣ ਤੇ ਵੀ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਹੈ ਵੀ ਬੱਚੇ ਨੇ ਸਪੋਰਟਸ ਵਾਲਾ ਇਹਨੇ ਇੰਪਰੂਵ ਕਰ ਜਾਣਾ। ਤੇ ਉਹ SGL ਦੇ ਹਸਪੀਟਲ ਦੀ ਬਦੌਲਤ ਜੀ ਅੱਜ ਮੈਂ ਨਾਲ ਸਪੋਰਟਸ ਵੀ ਕਰ ਰਿਹਾ ਜੇ। ਉਸ ਤੋਂ ਬਾਅਦ ਮੈਂ ਦੁਬਾਰੇ ਆਪਣੀ ਗੇਮ ਸ਼ੁਰੂ ਕੀਤੀ ਤੇ ਜਿਹੜੀ ਮੇਰੀ ਹਾਰਟ ਦੀ ਵੀ ਹੁਣ ਜਿਹੜੀ ਹੈਗੀ ਆ ਪਰਸੈਂਟੇਜ ਨਾਰਮਲ 55 ਹੈ ਜੀ। ਉਸ ਤੋਂ ਬਾਅਦ ਮੈਂ ਹੁਣ ਵਰਲਡ ਪੁਲਸ ਗੇਮਸ ਹੋਈਆਂ ਨੇ ਜੀ ਨੀਦਰਲੈਂਡ ਜੀ ਜੀ, ਉਹਦੇ ਵਿੱਚ ਮੈਂ 100 ਮੀਟਰ ਹਰਡਲ ਦੇ ਵਿੱਚ ਗੋਲਡ ਮੈਡਲ ਤੇ 100 ਮੀਟਰ ਦੇ ਸਿਲਵਰ ਮੈਡਲ ਪ੍ਰਾਪਤ ਕੀਤਾ। ਵੈਰੀ ਗੁੱਡ। ਕਹਿਣ ਦਾ ਭਾਵ ਜ਼ਿੰਦਗੀ ਦਾ ਇੱਕ ਇਦਾਂ ਦਾ ਮੋੜ ਵੀ ਆ ਜਾਂਦਾ ਕਈ ਵਾਰੀ ਕਿ ਜਿੱਥੇ
ਉਮੀਦਾਂ ਮੁੱਕ ਜਾਂਦੀਆਂ ਨੇ। ਬਿਲਕੁਲ ਜੀ, ਪਰ ਜਿੱਥੇ ਤੁਸੀਂ ਗੱਲ ਕੀਤੀ ਹੈ ਬਾਬਾ ਕਸ਼ਮੀਰਾ ਸਿੰਘ ਹੁਣ ਦੇ ਹਸਪੀਟਲ ਦੀ ਕਿ ਬਾਬਾ ਜੀ ਨੇ ਵੀ ਇਸ ਗੱਲ ਨੂੰ ਕਿਹਾ ਕਿ ਇਹ ਸਪੋਰਟਸਮੈਨ ਆ, ਹਾਂਜੀ ਇਹ ਉਭਰੇਗਾ ਉਭਰੇਗਾ। ਹਾਂਜੀ, ਤੇ ਮੈਨੂੰ ਉਹ ਯਾਦ ਆ ਗਿਆ ਇੱਕ ਸੀਨ, ਇੱਕ ਫਿਲਮ ਆਈ ਸੀਗੀ ਬੜੀ ਅੱਛੀ ਅੱਛੀ ਫਿਲਮ ਆ, ਤੁਹਾਨੂੰ ਯਾਦ ਹੋਣਾ, ਜਿਹਦੇ 'ਚ ਉਹ ਹਾਕੀ ਦੇ ਸਾਡੀ ਟੀਮ ਜਾਂਦੀ ਹੈ ਬਾਹਰ, ਸ਼ਾਇਦ ਉਹ ਸਾਡੇ ਧਿਆਨ ਮੇਜਰ ਧਿਆਨ ਚੰਦ ਉਹਨਾਂ ਦੇ, ਉਹਨਾਂ ਦੇ ਜੀਵਨ ਦੇ ਉੱਤੇ ਬਣੀ ਸੀ ਕਿਸ ਤਰ੍ਹਾਂ ਉਹ ਕਿਹੜੀਆਂ, ਕਿਉਂਕਿ ਜਿਹੜਾ ਖਿਡਾਰੀ ਆ ਉਹਦੇ ਅੰਦਰ ਜਿਹੜਾ ਉਹਦਾ ਸਰੀਰਕ ਤੌਰ 'ਤੇ ਤਾਂ ਪੂਰਾ ਰਿਸ਼ਟ ਪੁਸ਼ਟ ਹੁੰਦਾ। ਬਿਲਕੁਲ, ਨਾਲ ਦੀ ਨਾਲ ਉਹਦੇ ਮੈਨੂੰ ਲੱਗਦਾ ਜਿਹੜੇ ਇਮੋਸ਼ਨਲ ਤੌਰ 'ਤੇ ਵੀ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ। ਬਿਲਕੁਲ ਜੀ, ਸਟਰੋਂਗ ਹੋਣਾ ਪੈਂਦਾ ਜੀ ਹਰ ਕੰਮ ਦੇ ਵਿੱਚ, ਹਰ ਸੁੱਖ ਦੁੱਖ ਦੇ ਵਿੱਚੋਂ ਨਿਕਲਣਾ ਪੈਣਾ। ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਵੀ ਸਪੋਰਟਸਮੈਨ ਨੂੰ ਆਉਂਦੀਆਂ ਹੀ ਆਉਂਦੀਆਂ ਨੇ ਜੀ, ਪਰ ਜੇ ਉਹ ਅਸੀਂ ਨੂੰ ਹਾਰ ਮੰਨ ਕੇ ਆਪਾਂ ਬੈਠ ਜਾਵਾਂਗੇ ਤੇ ਫੇਰ ਖਤਮ ਹੈ, ਕਿਉਂਕਿ ਮੇਰੀ ਜਿਹੜੀ ਜ਼ਿੰਦਗੀ ਆ ਇਹ ਉਸ ਹਸਪੀਟਲ ਦੀ ਬਦੌਲਤ ਆ, ਨਹੀਂ ਤੇ ਮੈਨੂੰ ਉਸ ਤੋਂ ਬਾਅਦ ਮੈਨੂੰ PGI ਜੀ ਤੇ ਲੁਧਿਆਣਾ ਕਿਹੜਾ ਹਸਪੀਟਲ ਹੈ ਜੀ ਉਹ CMC ਹੈ ਜਾਂ CMC ਜੀ, ਉੱਥੇ ਦੋਨਾਂ ਹਸਪੀਟਲਾਂ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਵੀ ਇਹ ਬੰਦਾ ਬਚ ਨਹੀਂ ਸਕਦਾ ਜੀ। ਪਰ ਮੈਂ ਕਿਹਾ ਵੀ ਮੈਂ ਡਾਕਟਰਾਂ ਦਾ ਜਿਹੜਾ ਉਹ ਡਾਕਟਰ ਆਪਣੇ ਤਜਰਬੇ ਨਾਲ ਗੱਲ ਕਰੀ ਜਾ ਰਿਹਾ ਕਿ ਇਹ ਬੰਦਾ ਨਹੀਂ ਬਸ ਜਿਹਦਾ ਇੰਨਾ ਪਰਸੈਂਟ ਹਾਰਡ ਰਹਿ ਗਿਆ ਨੇ ਉਹ ਵਿਦ ਰਿਕਾਰਡ ਹੈ ਮੇਰੇ ਕੋਲ ਜਿਹੜੀ ਕਿ ਮੇਰੀ ਉਹ ਸਾਰੀ ਪਰਸੈਂਟੇਜ ਇੰਨੀ ਚੱਲਦੀ ਸੀ। ਉਹ ਕਹਿੰਦਾ ਵੀ ਜੇ ਨਾਰਮਲ ਬੰਦਾ ਹੁੰਦਾ ਤੇ 16-17 ਤੇ ਜਦੋਂ ਆ ਜਾਂਦੀ ਉਹ ਬੰਦਾ ਬਚਦਾ ਨਹੀਂ ਹੈਗਾ, ਉਹ ਸਾਡੇ ਜਵਾਬ ਹੀ ਹੁੰਦਾ ਪਰ ਕੋਸ਼ਿਸ਼ ਕਰਾਂਗੇ ਤੇ ਆਪਣੇ ਟੈਸਟ ਕਰਾਂਗੇ, ਕਿਉਂਕਿ ਮੇਰੇ ਕੋਈ ਬਲੋਕੇਜ ਨਹੀਂ ਕੋਈ ਕੁਛ ਨਹੀਂ। ਅੱਛਾ, ਪਰ ਮੈਂ ਕਿਹਾ ਵੀ ਮੈਂ ਆਪਣਾ ਜਿਹੜਾ ਇਲਾਜ ਹੈ SGL ਹਸਪੀਟਲ ਤੋਂ ਹੀ ਕਰਵਾਉਣਾ, ਕਿਉਂਕਿ ਮੈਨੂੰ ਉਹਨਾਂ ਨੇ ਫੜਿਆ ਕਿਉਂਕਿ ਪਹਿਲਾਂ ਕੋਈ ਡਾਕਟਰ ਹੱਥ ਨਹੀਂ ਸੀ ਪਾਉਂਦਾ ਤੇ ਮੇਰਾ ਬਿਲਕੁਲ ਵਾਜਬ ਰੇਟ ਤੇ ਬਿਲਕੁਲ ਕੋਈ 25-30 ਹਜ਼ਾਰ ਰੁਪਏ ਦੇ ਵਿੱਚ ਮੈਂ ਤੰਦਰੁਸਤ ਹੋ ਕੇ ਵਾਪਸ ਆ ਗਿਆ। ਕੀ ਮਤਲਬ ਹਾਰਟ ਦਾ ਕੀ ਹੋਇਆ ਸੀ, ਬਲੋਕੇਜ ਨਹੀਂ ਸੀ ਤਾਂ ਕੀ 17% ਕੀ ਕਹਿੰਦੇ ਰਹਿ ਗਿਆ ਉਹਦੇ 'ਚ? ਏਦਾਂ ਸਾਡੀਆਂ ਇੱਥੇ ਕਬੱਡੀ ਕੱਪ ਹੋਇਆ ਸੀਗਾ, ਸਿਆਲ ਦੇ ਦਿਨ ਸੀਗਾ, ਸੰਗਰੂਰ ਕਬੱਡੀ ਕੱਪ ਹੋਇਆ, ਉੱਥੇ ਸਾਡੀ ਡਿਊਟੀ ਲੱਗ ਗਈ ਸੀਗੀ 20 ਦਿਨ ਵਾਸਤੇ, ਠੰਡ ਦੇ ਕਾਰਨ ਛਾਤੀ ਜਾਮ ਹੋ ਗਈ, ਉੱਥੇ ਮੈਂ ਉਹ ਇੰਜੈਕਸ਼ਨ ਲਾਉਂਦਾ ਰਿਹਾ ਜੈਂਟਾ ਮਸ਼ੀਨ ਦੇ। ਅੱਛਾ, ਉਹ ਚੈਸਟ ਦੇ ਵਿੱਚ ਸਾਰਾ ਕੁਝ ਰੇਸ਼ਾ ਹੀ ਇੱਕਦਮ ਬਲੋਕੇਜ ਹੋ ਗਈ। ਉਹਨੇ ਕੀਤਾ ਜਦੋਂ ਹਾਰਟ ਚੱਲਦਾ ਰਿਹਾ, ਪੰਪਿੰਗ ਕਰਦਾ ਰਿਹਾ, ਉਸ ਤੋਂ ਬਾਅਦ ਉਹਦੀ ਪਰਸਨਲ ਡਾਊਨ ਜਾਣੀ ਸ਼ੁਰੂ ਹੋ ਗਈ। ਓਕੇ, ਤੇ ਜਦੋਂ ਇਹਨਾਂ ਨੇ ਚੈੱਕ, ਹਾਰਟ ਦਾ ਜਿਹੜਾ ਜ਼ੋਰ ਲਾਉਣ ਦੀ ਸਮਰੱਥਾ ਆ, ਹਾਂ ਉਹ ਘਟ ਗਈ ਪ੍ਰੋਬਲਮ ਜੀ, ਉਸ ਕਰਕੇ ਫਿਰ ਉਹ ਜਦੋਂ ਇਹਨਾਂ ਨੇ ਦੱਸਿਆ ਮੈਂ ਟ੍ਰੀਟਮੈਂਟ ਇੱਥੋਂ ਸ਼ੁਰੂ ਹੋਇਆ ਤੇ ਉਹਦੇ ਤੋਂ ਬਾਅਦ ਮੈਂ ਆਪਣੀ ਜਿਹੜੇ ਡਾਕਟਰ ਸਾਹਿਬ ਨੇ ਮੇਰਾ ਇਲਾਜ ਕੀਤਾ ਸੀਗਾ, ਉਹਨਾਂ ਕਹਾ ਵੀ ਮੈਂ ਆਪਣੀ ਸਪੋਰਟਸ ਕਰਨੀ ਚਾਹੁੰਦਾ, ਤੇ ਉਹ ਕਹਿੰਦੇ ਵੀ ਤੂੰ ਬਿਲਕੁਲ ਅਜੇ ਨਾਰਮਲ ਵਾਕਿੰਗ ਤੋਂ ਸ਼ੁਰੂ ਕਰ ਲੈ, ਜੇ ਕੋਈ ਪ੍ਰੋਬਲਮ ਹੈਗੀ ਇਹ 'ਚ ਮੇਰੀ ਜ਼ਿੰਮੇਵਾਰੀ ਨਹੀਂ। ਅੱਛਾ, ਪਰ ਮੈਨੂੰ ਜਿਹੜਾ ਹੈਗਾ ਸੀਗਾ ਵੀ ਮੇਰੇ ਜਿਹੜੇ ਨਾਲ ਦੇ ਲੋਕ ਸੀ ਖੇਡਦੇ ਸੀ, ਉਹ ਮੈਨੂੰ ਸਪੋਰਟਸ ਨਾਲ ਟਾਇਆ ਸੀ, ਪਰ ਮੈਂ ਫਿਰ ਹੌਲੀ ਹੌਲੀ ਗਰਾਊਂਡ ਜਾਣਾ ਸ਼ੁਰੂ ਕੀਤਾ ਤੇ ਨਾਲ ਆਪਣੀ ਡਿਊਟੀ ਦੇ ਦੌਰਾਨ ਨਾਰਮਲ ਰੂਟੀਨ ਸ਼ੁਰੂ ਕੀਤੀ ਪ੍ਰੈਕਟਿਸ। ਅੱਛਾ, ਡਿਊਟੀ ਦੇ ਆ ਜੇਕਰ ਤੁਸੀਂ ਵਾਰ ਵਾਰ ਕਰ ਰਹੇ ਆ, ਕਿਹੜੇ ਤੁਸੀਂ ਕਿਸੇ ਸਰਕਾਰੀ ਮਹਿਕਮੇ 'ਚ ਹੈ ਜਾਂ ਡਿਊਟੀ ਕਿੱਥੇ ਕਰਦੇ ਹੋ? ਮੈਂ ਜੀ ਪੰਜਾਬ ਪੁਲਿਸ ਐਕਸਾਈਜ਼ ਡਿਪਾਰਟਮੈਂਟ 'ਚ ਜੀ, ਹੁਣ ਐਕਸਾਈਜ਼ ਡਿਪਾਰਟਮੈਂਟ ਹਾਂਜੀ ਗੁਰਦਾਸਪੁਰ ਪੋਸਟਡ ਆ ਜੀ। ਅੱਛਾ, ਤੇ ਉੱਥੇ ਪ੍ਰੋਪਰ ਆਪਣੀ ਡਿਊਟੀ ਵੀ ਕਰ ਰਹੇ ਹਾਂ। ਅੱਛਾ, ਤੇ ਕਾਫੀ ਵੱਡੇ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਐਕਸਾਈਜ਼ ਦੀਆਂ ਵੀ। ਅੱਛਾ, ਸ਼ਰਾਬ ਦਾ ਵੀ ਜਿਹੜਾ ਵੀ ਨਜਾਇਜ਼ ਧੰਦਾ ਕਰਦੇ ਲੋਕ, ਉਹਨਾਂ ਨੂੰ ਕਾਫੀ ਮਤਲਬ ਇੱਕ ਇਹਨਾਂ ਦੇ ਵਿੱਚ ਸਪੋਰਟਸ ਦੀ ਵੀ ਦਹਿਸ਼ਤ ਆ ਵੀ ਜਿੰਨੇ ਅਸੀਂ 2-3 ਲੜਕੇ ਲੱਗੇ ਹਾਂ ਸਪੋਰਟਸ ਵਾਲੇ ਹਾਂ। ਅੱਛਾ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦੇ ਸਪੋਰਟਸ ਵਾਲੇ ਆ ਜਾਂ ਬੜੇ ਫਿੱਟ ਬੰਦੇ ਨੇ, ਜੇ ਕੋਈ ਬੰਦਾ ਦੌੜਦਾ ਵੀ ਅਸੀਂ ਦੌੜਨ ਨਹੀਂ ਦਿੰਦੇ, ਬੰਦੇ ਦੌੜਨ ਨਹੀਂ ਦਿੰਦੇ, ਅਸੀਂ ਬੰਦਾ ਦੌੜ ਕੇ ਫੜ ਲੈਂਦੇ ਹਾਂ। ਠੀਕ ਆ, ਇਹ ਤਾਂ ਹੋ ਗਿਆ ਇੱਕ ਫਾਇਦਾ, ਹਾਂਜੀ, ਕਿ ਐਕਸਾਈਜ਼ ਡਿਪਾਰਟਮੈਂਟ ਨੂੰ ਸਪੋਰਟਸਮੈਨ ਦਾ ਇੱਕ ਫਾਇਦਾ ਆ ਕਿ ਸਪੋਰਟਸਮੈਨ ਨੇ ਦੌੜ ਕੇ ਉਹ ਬੰਦੇ ਨੂੰ ਫੜਨਾ, ਭੱਜਣ ਨਹੀਂ ਦਿੰਦਾ, ਭੱਜਣ ਨਹੀਂ ਦਿੰਦਾ, ਇਹ ਭੱਜਦੇ ਨੇ ਵੈਸੇ ਕਹਿੰਦੇ ਵਾਹਣ ਇੱਕੋ ਜਿਹਾ, ਇੱਥੇ ਪਤਾ ਲੱਗਦਾ ਜਦੋਂ ਜ਼ੋਰ ਹੁੰਦਾ ਹੈਨਾ ਉਹ ਜਿਹੜਾ ਉਹ ਜਾ ਕੇ ਉਹਨੂੰ ਕਾਬੂ ਕਰ ਲੈਂਦਾ। ਪਰ ਐਕਸਾਈਜ਼ ਡਿਪਾਰਟਮੈਂਟ ਦਾ ਜਦੋਂ ਨਾਂ ਆਉਂਦਾ, ਆਮ ਤੌਰ ਤੇ ਲੋਕਾਂ ਨੂੰ ਐਕਸਾਈਜ਼ ਡਿਪਾਰਟਮੈਂਟ ਦਾ ਇੰਨੇ ਪਤਾ ਹੁੰਦਾ ਵੀ ਸ਼ਰਾਬ ਸ਼ੁਰੂ ਫੜਨ ਵਾਲੇ ਬੰਦੇ ਹੁੰਦੇ ਆ, ਤੇ ਇਹ ਵੀ ਲੋਕੀ ਅਕਸਰ ਗੱਲਾਂ ਕਰਦੇ ਰਹਿੰਦੇ ਆ ਵੀ ਸ਼ਰਾਬ ਬਰਾਮਦ ਹੋਈ ਆ ਜੀ, ਤੇ ਵਿੱਚੋਂ ਪੁਲਿਸ ਹਿੱਸਾ ਪਤਾ ਰੱਖ ਜਾਂਦੀ ਆ। ਵੇਖੋ ਜੀ ਮੈਂ ਬਿਲ, ਹਾਂਜੀ, ਤੁਹਾਡਾ ਕਿੱਦਾਂ ਸੇਵਨ ਵਗੈਰਾ ਹੋ ਜਾਂਦਾ ਮਾੜਾ ਮੋਟਾ? ਬਿਲਕੁਲ ਜੀ, ਮੈਂ ਵੈਜੀਟੇਰੀਅਨ ਹਾਂ। ਅੱਛਾ, ਮੈਂ SGL ਬਾਬਾ ਜੀ ਕਸ਼ਮੀਰਾ ਸਿੰਘ ਜੀ ਨਾਲ ਜੁੜੇ ਆ ਸੰਸਥਾਨ ਦੇ ਨਾਲ। ਅੱਛਾ, ਮੈਂ ਬਿਲਕੁਲ ਇਸ ਚੀਜ਼ ਤੋਂ ਦੂਰ ਆ। ਸ਼ਰਾਬ ਫੜੀ ਦੀ ਆ, ਸੀਲ ਕਰਕੇ ਕੋਰਟ 'ਚ ਵੀ ਪੇਸ਼ ਕਰੀ ਦੀ ਆ, ਪਰ ਉਹਨੂੰ ਪੀਵੀਦਾ ਨਹੀਂ ਆ। ਔਰ ਵੀ ਲੋਕਾਂ ਨੂੰ ਵੀ ਕਹੀਦਾ ਵੀ ਇਹਨੂੰ ਨਾ ਪੀਓ, ਇਹ ਮਾੜੀ ਚੀਜ਼ ਆ, ਜਿਹੜੀ ਕਿ ਕਹਿ ਦਿੰਦੇ ਪੁਲਿਸ ਪੀ ਜਾਂਦੀ ਆ, ਇਹ ਲੋਕਾਂ ਦੀ ਗਲਤ ਧਾਰਨਾ ਹੈ। ਪੁਲਿਸ ਇੱਕ ਚੀਜ਼ ਆ ਗਈ ਧਿਆਨ, ਤੁਸੀਂ ਗੱਲ ਕਰਦੇ ਮੈਂ ਪਿਓਰ ਵੈਜੀਟੇਰੀਅਨ ਹਾਂ। ਹਾਂਜੀ, ਆਮ ਤੌਰ ਤੇ ਇੱਕ ਧਾਰਨਾ ਸਮਾਜ ਦੇ ਵਿੱਚ ਕਿ ਜਿਵੇਂ ਪਾਵਰਫੁਲ ਹੋਣਾ ਬੰਦੇ ਨੇ, ਤਕੜਾ ਹੋਣਾ, ਉਹਨੂੰ ਨੌਨ ਵੈਜ ਜਿਹੜਾ ਉਹ ਜ਼ਰੂਰ ਖਾਣਾ ਚਾਹੀਦਾ। ਮੇਰੇ ਤੁਹਾਡਾ ਕਿੱਦਾਂ ਵੈਜੀਟੇਰੀਅਨ? ਮੇਰਾ ਭਤੀਜਾ ਆ, ਉਹਨੇ ਏਸ਼ੀਆ 'ਚ ਵੀ 3rd ਮੈਡਲ ਪ੍ਰਾਪਤ ਕੀਤਾ 400 ਮੀਟਰ ਹਰਡਲ 'ਚ, ਉਹ ਵੀ ਵੈਜੀਟੇਰੀਅਨ। ਓਕੇ,
ਇਹਦੇ ਵਿੱਚ ਮੈਨੂੰ ਤਾਂ ਨਹੀਂ ਜੀ ਲੱਗਦਾ ਕੋਈ ਵੀ ਆਪਾਂ ਮੀਟ ਖਾਈਏ ਜਾਂ ਸ਼ਰਾਬ ਪੀਏ ਤੇ ਉਹਦੇ ਕਰਕੇ ਹੀ ਤਗੜਾ ਹੁੰਦਾ ਹੈ। ਇਹ ਮਾਲਕ ਦੀ ਬਖਸ਼ਿਸ਼ ਹੈ, ਉਹਨਾਂ ਨੇ ਜਿਹਨੂੰ ਤਗੜਾ ਕਰਨਾ ਉਹਨੇ ਕਰ ਹੀ ਦੇਣਾ। ਪ੍ਰੋਪਰ ਗਰਾਊਂਡ ਆਓ, ਪ੍ਰੋਪਰ ਤੁਸੀਂ ਆਪਣੇ ਟਾਈਮ ਨੂੰ ਮੇਨਟੇਨ ਕਰਕੇ ਹਰ ਕੰਮ ਕਰੋਗੇ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਵੀ ਅਸੀਂ ਆ ਮੀਟ ਖਾ ਕੇ ਤਗੜੇ ਹੋਣਾ ਹੈ। ਹੋਰ ਬਹੁਤ ਕੁਝ ਮਿਲਦਾ ਹੈ, ਪ੍ਰੋਟੀਨ ਚਾਹੀਦਾ ਆਪਾਂ ਨੂੰ, ਹਰ ਚੀਜ਼ ਤੋਂ ਮਿਲ ਸਕਦਾ। ਤੁਹਾਡੀ ਨਾ ਇਹ ਗੱਲ ਬੜੀ ਕੀਮਤੀ ਲੱਗੀ ਮੈਨੂੰ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇਹ ਕੁਦਰਤ ਦੀ ਇੱਕ ਤਾਤ ਆ। ਹਾਂਜੀ, ਅਸੀਂ ਮਾਂ ਬਾਪ ਦੇ ਘਰ ਜਦੋਂ ਜਨਮ ਲੈਂਦੇ ਹਾਂ ਸਾਡਾ ਸਭ ਕੁਛ ਲੱਗਦਾ, ਬਹੁਤਾਂ ਚੀਜ਼ਾਂ ਸਾਡੀਆਂ ਡਿਸਾਈਡ ਹੁੰਦੀਆਂ ਕਿ ਸਾਨੂੰ ਸਰੀਰਕ ਤੌਰ ਤੇ ਕਿੰਨੀ ਸਮਰੱਥਾ ਮਿਲਣੀ ਆ, ਮਾਨਸਿਕ ਤੌਰ ਤੇ ਸਾਨੂੰ ਕਿਹੋ ਜਿਹੀ ਬੁੱਧੀ ਮਿਲਣੀ ਆ, ਅਸੀਂ ਕਿਹੋ ਜਿਹੇ ਵਿਚਾਰਾਂ ਦੇ ਹੋਣਾ, ਇਹ ਚੀਜ਼ਾਂ ਬਹੁਤ ਸਾਰੀਆਂ ਕੁਦਰਤ ਤੈਅ ਕਰਕੇ ਭੇਜਦੀ ਆ। ਬਿਲਕੁਲ ਜੀ। ਅੱਛਾ, ਮਨੁੱਖ ਦੇ ਹੱਥ ਕੀ ਕੀ ਆ ਕਿ ਮਨੁੱਖ ਜਿਹੜਾ ਉਹਨੂੰ ਜਿਹੜੀ ਤਾਕਤ ਮਿਲੀ ਆ ਉਹਨੂੰ ਸਦਵਰਤੋਂ ਕਰ ਸਕਦਾ ਜਾਂ ਉਹਨੂੰ ਕਿਵੇਂ ਮੇਨਟੇਨ ਕਰ ਸਕਦਾ, ਇਨਸਾਨ ਦੇ ਹੱਥ ਕਿੰਨੀ ਚੀਜ਼ ਲੱਗਦੀ ਤੁਹਾਨੂੰ? ਵੇਖੋ ਜੀ, ਇੱਕ ਇਨਸਾਨ ਦੇ ਹੱਥ ਤੇ ਆ, ਜੇ ਕੁਦਰਤ ਨੇ ਦਿੱਤਾ ਤੇ ਜੇ ਆਪਾਂ ਨੂੰ ਵਿਗਾੜਨ ਤੇ ਆ ਗਏ, ਜੇ ਆਪਾਂ ਨੂੰ ਨਸ਼ਿਆਂ ਵੱਲ ਲੈ ਗਏ ਤੇ ਆਪਣਾ ਉਸ ਰਾਹ ਤੇ ਤੁਰ ਪਾਂਗੇ। ਜੇ ਆਪਾਂ ਆਪਣੇ ਆਪ ਬਚਾਂਗੇ ਤੇ ਲੋਕਾਂ ਦਾ ਕੋਈ ਪਰਿਵਾਰ ਦਾ ਜੀ ਆਪਾਂ ਬਚਾ ਲਈਏ, ਸਭ ਤੋਂ ਵੱਡੀ ਸਾਡੇ ਲਈ ਹੋਈ ਬਦੌਲਤ। ਪਰਮਾਤਮਾ ਨੇ ਸਾਨੂੰ ਭੇਜਿਆ ਤੇ ਇਹ ਹੋਇਆ ਵੀ ਕੋਈ ਬੱਚਾ ਕਿਸੇ ਦਾ ਨਸ਼ਾ ਨਾ ਕਰੇ, ਸਪੋਰਟਸ ਵੱਲ ਲੱਗੇ, ਵਧੀਆ ਤੰਦਰੁਸਤ ਰਹੇ, ਗਾਂ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹ ਚੀਜ਼ ਹੋਣੀਆਂ। ਜਿਹੜੇ ਮੇਰੇ ਪਰਿਵਾਰਕ ਦੇ, ਅਸੀਂ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਦੁੱਧ ਦਾ ਕੰਮ ਸੀਗਾ ਜੀ ਸਾਡਾ। ਅੱਛਾ ਜੀ। ਮੈਂ ਅੱਜ ਤੱਕ ਜੀ ਜਿੰਨਾ ਤੱਕ ਮੈਂ ਆਪਣੇ ਮਾਂ ਬਾਪ ਦੇ ਘਰੇ ਰਿਹਾ ਹਾਂ, ਮੈਨੂੰ ਉਹਨਾਂ ਨੇ ਚਾਹ ਨਹੀਂ ਦਿੱਤੀ। ਅੱਛਾ। ਸਵੇਰੇ ਉੱਠਦੇ ਦਹੀਂ ਦਾ ਕੌਲਾ ਮਿਲਦਾ ਸੀ ਖਾਣ ਵਾਸਤੇ, ਤੇ ਜਿਹੜਾ ਮੇਰਾ ਭਤੀਜਾ ਆ ਉਹਨੇ ਵੀ ਰਾਤ ਨੂੰ 1.5 ਕਿਲੋ ਦੁੱਧ ਤੇ ਸਵੇਰੇ ਦਹੀਂ ਤੇ ਫਿਰ ਪ੍ਰੈਕਟਿਸ। ਮਤਲਬ ਇਹ ਦੁੱਧ ਦਹੀਂ ਘਰ ਦਾ ਹੋਣ ਕਰਕੇ, ਹਾਂਜੀ, ਇਹ ਕਿਹਾ ਵੀ ਜਿਹੜੀ ਖੁਰਾਕ ਸਮੇਂ ਮੁਤਾਬਕ ਜਵਾਨ ਹੁੰਦੇ ਬੱਚੇ ਨੂੰ ਜ਼ਰੂਰਤ ਹੁੰਦੀ ਆ ਉਹ ਤੁਹਾਨੂੰ ਘਰ ਚੋਂ ਮਿਲ ਗਈ। ਬਿਲਕੁਲ। ਪਰ ਇੱਥੇ ਇੱਕ ਨਾ ਤਰਾਸਦੀ ਸਾਡੇ ਸਮਾਜ ਦੀ ਜਿਹੜੀ ਨਜ਼ਰ ਆ ਰਹੀ ਹੈ ਇਸ ਵੇਲੇ ਦੇਖਦੇ ਹਾਂ, ਤੇ ਸਾਡੇ ਜਿਹੜੀ ਖੁਰਾਕਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਮਹਿਸੂਸ ਕੀਤੀ ਜਾਂਦੀ ਆ। ਕਹਿੰਦੇ ਜੀ ਦੁੱਧ ਸਿੰਥੈਟਿਕ ਦੁੱਧ ਜ਼ਿਆਦਾ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਦੁੱਧ ਦੀ ਕਮੀ ਹੈ, ਡੈਰੀਆਂ ਦੀ ਕਮੀ ਹੈ, ਲੋਕਾਂ ਦੇ ਘਰਾਂ 'ਚ ਪਸ਼ੂ ਪਾਲਣ ਦਾ ਜਿਹੜਾ ਰੁਝਾਨ ਆ ਉਹ ਥੋੜ੍ਹਾ ਘੱਟ ਗਿਆ ਜਾਂ ਉਹ ਕੁਝ ਖਾਸ ਲੋਕਾਂ ਦੇ ਹੱਥ ਆ ਗਿਆ, ਵੀ ਕਿਵੇਂ ਦੇਖਦੇ ਹੋ ਉਹਦੇ ਨਾਲ ਕੋਈ ਫਰਕ ਸਮਾਜ ਵਿੱਚ ਤੁਹਾਨੂੰ ਲੱਗਾ ਕਿ ਨਵੀਂ ਪੀੜ੍ਹੀ ਤੇ ਕੋਈ ਇਹਨਾਂ ਚੀਜ਼ਾਂ ਦਾ ਖੁਰਾਕ ਦੇ ਵਿੱਚ ਜੋ ਮਿਲਾਵਟ ਵਗੈਰਾ ਹੋ ਰਹੀ ਉਹਦਾ ਕੋਈ ਫਰਕ ਹੈ? ਬਿਲਕੁਲ ਜੀ। ਵੇਖੋ ਤੁਸੀਂ ਅੱਜ ਕੱਲ੍ਹ ਲੜਕੀਆਂ ਦੀ ਵੇਖ ਲਓ ਹਾਈਟ, ਕੋਈ 4.5 ਫੁੱਟ ਤੋਂ ਵੱਧ ਉੱਪਰ ਹੋ ਹੀ ਨਹੀਂ ਰਿਹਾ, ਉਹ ਸਿਰਫ ਡਾਈਟ ਕਰਕੇ ਆ। ਸਿੰਥੈਟਿਕ ਦੁੱਧ ਜੋ ਵੀ ਆਪਾਂ ਆਰਟੀਫਿਸ਼ਲ ਲੈ ਰਹੇ ਹਾਂ, ਪਿੰਡਾਂ ਦੇ ਵਿੱਚ ਤੁਸੀਂ ਲੈ ਕੇ ਚੱਲ ਜਾਓ, ਜੇ ਸਾਡੇ ਪਿੰਡਾਂ ਦੇ ਘਰ ਲੈ ਲਈਏ ਅਸੀਂ 50 ਘਰ ਨੇ, ਉਹਨਾਂ ਘਰਾਂ ਦੇ ਵਿੱਚ ਸਿਰਫ 4 ਘਰ ਦੇ ਵਿੱਚ ਪਸ਼ੂ ਨੇ। ਹਾਂਜੀ ਹਾਂਜੀ। ਬਾਕੀ ਸਭ ਕਿਉਂਕਿ ਹਰ ਬੱਚਾ ਤੇ ਮੋਬਾਈਲ ਤੇ ਆ, ਮੋਬਾਈਲ ਤੇ ਆ, ਉਹ ਕੋਈ ਵੀ ਬੱਚਾ ਜਿਹੜਾ ਹੈ ਕੰਮ ਕਰਕੇ ਨਿਗਾਹ ਰਾਜੀ ਹੈਗਾ ਵੀ ਮੈਂ ਪੱਠੇ ਵੱਢ ਕੇ ਲਿਆਵਾਂਗਾ, ਡੰਗਰ ਨੂੰ ਪਾਵਾਂਗਾ ਤੇ ਫਿਰ ਉਹ ਚੀਜ਼ ਹੋਣੀ ਹੈ। ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਜਿੰਨਾ ਚਿਰ ਅਸੀਂ ਪ੍ਰੋਪਰ ਦੁੱਧ ਪਸ਼ੂ ਨਹੀਂ ਰੱਖਾਂਗੇ ਦੁੱਧ ਆਏਗਾ ਕਿੱਥੋਂ? ਬਹਾਨਾ ਤੇ ਫਿਰ ਨਕਲ। ਅੱਛਾ ਅੱਛਾ, ਹੁਣ ਕਿਵੇਂ ਚੱਲਦਾ ਤੁਹਾਡਾ, ਹੁਣ ਜਿਹੜਾ ਦੁੱਧ ਆ ਹੁਣ ਵੀ ਪਸ਼ੂ ਘਰ 'ਚ ਪਾਲੇ ਹੋਏ? ਵੇਖੋ ਜੀ, ਮੈਂ ਇੱਥੋਂ ਘੱਟੋ ਘੱਟ ਵੀ 11 ਕਿਲੋਮੀਟਰ ਦੂਰ ਆ ਪਿੰਡ, ਇੱਥੋਂ ਸੈਮੀ ਪਿੰਡ ਤੋਂ ਪਰਾਂ। ਅੱਛਾ। ਅਸੀਂ ਉੱਥੋਂ ਦੁੱਧ ਲੈ ਕੇ ਆਉਂਦੇ ਹਾਂ ਪਿੰਡ ਤੋਂ ਚਵਾ ਕੇ। ਅੱਛਾ। ਕਿਸੇ ਦੇ ਘਰ ਤੋਂ ਜਿਹੜਾ ਆਮ ਰੇਟ ਆ ਉਹ ਲੈ ਲਓ ਤੁਸੀਂ 55-56 ਰੁਪਏ ਮਿਲਦਾ, ਅਸੀਂ 60 ਰੁਪਏ ਦੁੱਧ ਲੈ ਕੇ ਆਉਂਦੇ ਪਿੰਡੋਂ ਅਗਲੇ ਦੇ ਘਰ ਕੇ, ਇਹਦਾ ਵੀ ਚੋ ਕੇ ਦੇ ਦੇ ਭਾਵੇਂ 5-10 ਰੁਪਏ ਵੱਧ ਲੈ ਲਾ। ਅਸੀਂ 2 ਦਿਨ ਦਾ ਮਤਲਬ 2 ਪਰਿਵਾਰ ਹੈਗੇ ਹਾਂ, ਅਸੀਂ 10 ਕਿਲੋ ਦੁੱਧ ਲੈਦਾ, 2 ਦਿਨ ਨਿਕਲ ਜਾਂਦੇ ਆ। ਅੱਛਾ, ਜਿਹੜੇ ਲੋਕੀ ਤੁਹਾਡੇ ਵੱਲ ਬੱਚੇ ਨਵੀਂ ਪੀੜ੍ਹੀ ਬੜੀ ਪ੍ਰੇਰਿਤ ਹੁੰਦੀ ਜਦੋਂ ਗੋਲਡ ਮੈਡਲ ਜਿੱਤਦੇ ਆ, ਬੜੀ ਬੱਲੇ ਬੱਲੇ ਹੁੰਦੀ ਆ, ਜਿੱਦਾਂ ਅਸੀਂ ਵੀ ਆਏ, ਅਸੀਂ ਹਾਲੇ ਕਿ ਸਪੋਰਟਸ ਦੇ ਨਾਲ ਸੰਬੰਧਿਤ ਰਹੇਗੇ, ਸਾਨੂੰ ਪਰ ਲੱਗਾ ਇਹ ਚਿਹਰਾ ਅਸੀਂ ਦੇਖਿਆ ਹੋਇਆ, ਪਛਾਣ ਲਿਆ ਸੀ ਤੁਹਾਨੂੰ, ਹੈਨਾ? ਤੇ ਜਿਹੜੇ ਬੱਚੇ ਨੇ ਉਹ ਵੀ ਤੁਹਾਡਾ ਚਿਹਰਾ ਪਛਾਣਦੇ ਨੇ ਔਰ ਤੁਹਾਡੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਨੇ, ਤੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਦੇਖ ਰਹੀ ਹੈ ਉਹਨਾਂ ਨੂੰ ਕਿਵੇਂ ਗਾਈਡ ਕਰਨਾ ਚਾਹੋਗੇ, ਕੀ ਦੱਸਣਾ ਚਾਹੋਗੇ ਇਹ ਜੇ ਜਸਪਿੰਦਰ ਜੀ ਵਾਂਗ ਪ੍ਰਾਪਤੀਆਂ ਕਰਨੀਆਂ ਨੇ ਤੇ ਕਿਹੜੀ ਕਿਹੜੀ ਚੀਜ਼ ਦਾ ਖਿਆਲ ਰੱਖਣਾ ਪਊਗਾ, ਦਿਨ ਦੀ ਜਿਹੜੀ ਰੁਟੀਨ ਹੈ ਉਹ ਕਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਨਾਲ ਸਪੋਰਟਸਮੈਨ ਦੀ ਹੋਣੀ ਚਾਹੀਦੀ? ਵੇਖੋ ਜੀ, ਸਵੇਰੇ ਸਭ ਤੋਂ ਪਹਿਲਾਂ ਤਾਂ ਸਾਨੂੰ ਘੱਟੋ ਘੱਟ 5 ਵਜੇ ਤੋਂ ਪਹਿਲਾਂ ਉੱਠਣਾ ਚਾਹੀਦਾ, ਹਰ ਬੱਚੇ ਨੂੰ, ਮਾਂ ਬਾਪ ਨੂੰ ਪਹਿਲਾਂ ਆਪ ਉੱਠਣਾ ਚਾਹੀਦਾ ਫਿਰ ਬੱਚੇ ਨੂੰ ਉਠਾਲਣਾ ਚਾਹੀਦਾ। ਜੇ ਉਹ ਬੰਦਾ ਗਰਾਊਂਡ 'ਚ ਨਹੀਂ ਜਾ ਸਕਦਾ, ਕਮ ਸੇ ਕਮ ਉਹਨੂੰ ਸੈਰ 'ਤੇ ਲੈ ਕੇ ਜਾਵੇ। ਜਦੋਂ ਤੁਸੀਂ ਉਹਨੂੰ ਸੈਰ 'ਤੇ ਲੈ ਕੇ ਜਾਵੇਗਾ ਹੌਲੀ ਹੌਲੀ ਉਹ ਬੱਚਾ ਥੋੜ੍ਹਾ ਗਰੋਥ ਕਰੇਗਾ। ਜਦੋਂ ਤੁਸੀਂ ਬੰਦ ਕਮਰੇ 'ਚ ਏਸੀ ਦੇ ਵਿੱਚ ਹੀ ਰਹਿਣਾ 24 ਘੰਟੇ, ਗਰੋਥ ਕਿੱਥੋਂ ਵਧਣੀ ਹੈ? ਪੌਦਾ ਹੈ ਕਿ ਜਿੰਨਾ ਚਿਰ ਉਹਨੂੰ ਹਵਾ ਨਹੀਂ ਲੱਗਦੀ ਜਾਂ ਡਾਈਟ ਨਹੀਂ ਪਾਉਂਦੇ ਉਹ ਬੂਟਾ ਵੱਡਾ ਨਹੀਂ ਹੁੰਦਾ। ਘਰ ਦੇ ਵਿੱਚ ਤੁਸੀਂ ਪ੍ਰਤੱਖ ਕਰਕੇ ਵੇਖ ਲਓ, ਇੱਕ ਬੂਟੇ ਨੂੰ ਅੰਦਰ ਰੱਖ ਲਓ, ਇੱਕ ਨੂੰ ਬਾਹਰ ਰੱਖ ਲਓ, ਉਹ ਤੁਹਾਨੂੰ 2-3 ਮਹੀਨੇ ਦੇ ਵਿੱਚ ਉਹਦਾ ਜਿਹੜਾ ਅਸਰ ਜਿਹੜਾ ਨਜ਼ਰ ਆ ਜਾਏ। ਤੇ ਮੇਰੀ ਉਮਰ ਅਸਲ ਜੀ 52 ਸਾਲ ਹੋ ਗਈ ਹੈ ਜੀ। ਅੱਛਾ ਜੀ, 52 ਆ। ਪਰ ਮੇਰਾ ਇਹ ਵੀ ਮੈਂ ਇੱਥੇ ਆਇਆ, ਜੇ ਵੇਖੋ ਜੀ ਸਟੇਡੀਅਮ 'ਚ ਆਇਆ, ਬੱਚੇ ਟ੍ਰੇਨਿੰਗ ਕਰਨੇ ਫ੍ਰੀ ਉਹ ਕੋਸਟ, ਉਹਨਾਂ ਨੂੰ ਐਕਸਰਸਾਈਜ਼ ਕਰਾਉਣੀ ਹੈ। ਬਿਲਕੁਲ ਠੀਕ ਹੈ ਜੀ। ਬਟਾਲੇ ਆ ਮੇਰੇ ਕੋਲ ਸੈਂਟਰ ਚੱਲਦਾ ਜੀ, ਮੇਰੇ ਕੋਲ ਉੱਥੇ ਵੀ ਬੱਚੇ ਹੈਗੇ ਕਾਫੀ। ਅੱਛਾ। ਮਤਲਬ ਬੱਚੇ ਜਿਨ੍ਹਾਂ ਨੇ ਮਿਹਨਤ ਕਰਨੀ ਆ, ਗਰੀਬ ਘਰਾਂ ਦੇ ਬੱਚੇ ਆਉਂਦੇ ਨੇ।
ਸਾਡੇ ਜਿਹੜੇ ਥੋੜੇ ਜਿਹਾ ਆਪਣੇ ਉਸ ਪਰਿਵਾਰਕ ਹੋ ਗਏ ਨੇ ਵੀ ਬੱਚੇ ਬਾਹਰ ਚਲੇ ਗਏ ਨੇ, ਥੋੜੇ ਜਿਹਾ ਫੂਫਾਂ ਚ ਹੋ ਗਿਆ ਕੰਮ ਸਾਰਾ ਵੀ, ਜਾਂ ਵੈਸੇ ਹੁੰਦਾ ਜੀ ਜਿਹੜੇ ਘਰ ਚ ਏਸੀ ਲੱਗ ਜਾਂਦਾ ਕਹਿੰਦੇ ਵੈਸੇ ਆਰਾਮ ਪ੍ਰਸਤ ਥੋੜੇ ਜਿਹਾ ਅਸੀਂ ਹੋ ਜਾਂਦੇ ਆ। ਹਾਂਜੀ, ਤੇ ਉਸ ਬਹਾਨੇ ਦੇ ਨਾਲ ਆਰਾਮ ਪ੍ਰਸਤ ਜਿਹੜਾ ਹੁੰਦਾ ਜਾਂਦਾ ਜਿਹੜਾ ਵਿਅਕਤੀ ਉਹੀ ਹੁੰਦਾ ਜਿਹਦੇ ਘਰ ਏਸੀ ਅਫੋਰਡ ਕਰਦਾ। ਬਿਲਕੁਲ, ਜਿਹੜੇ ਏਸੀ ਨੂੰ ਅਫੋਰਡ ਨਹੀਂ ਕਰਦੇ ਉਹ ਮੈਦਾਨ ਦੇ ਵਿੱਚ ਜਿਹੜੇ ਆ ਖੇਡ ਮੈਦਾਨ ਦੇ ਵਿੱਚ ਜਿਹੜੇ ਉਹ ਉਤਰ ਰਹੇ ਆ। ਦੇਖੋ ਜੀ ਹੁਣ ਤੁਸੀਂ ਕਿਤੇ ਵੀ ਲੈ ਕੇ ਜਾਓ, ਤੁਸੀਂ ਤੇ ਚਲੋ ਇੱਥੇ ਆਏ ਜੇ ਨਾ, ਤੁਸੀਂ ਪਿੰਡਾਂ ਲੈਵਲ ਤੇ ਜਾਓਗੇ ਨਾ, ਸਾਰੇ ਬੱਚੇ ਗਰੀਬ ਘਰਾਂ ਦੇ ਟ੍ਰੇਨਿੰਗ ਕਰਦੇ ਆ ਜੀ। ਜਿਹੜੇ ਬੱਚੇ ਕੋਲ ਮੋਟਰਸਾਈਕਲ ਆ ਗਿਆ ਆ ਉਹਨੇ ਪ੍ਰੈਕਟਿਸ ਨਹੀਂ ਕਰਨੀ, ਜਿਹਦੇ ਕੋਲ ਮੋਬਾਈਲ ਆ ਗਿਆ ਉਹਨੇ 15,000 ਦਾ, ਉਹਨੇ ਤੇ ਨਹੀਂ ਕਹਿਣਾ ਵੀ ਮੈਂ ਮੋਬਾਈਲ ਤੋਂ ਉੱਠਾਂ, ਉੱਥੇ ਤਾਂ ਨਿਕਲ ਹੀ ਜਾਣਾ ਸਭ ਕੁਛ। ਹਾਂ, ਕੁਛ ਨਿਕਲ ਹੀ ਜਾਣਾ, ਅਲੱਗ ਅਲੱਗ ਨਵੀਂ ਚੀਜ਼ ਲੜੀ ਤੁਰੀ ਰਹਿਣੀ ਤੁਰੀ ਰਹਿਣੀ ਆ ਤੇ ਉਹਨੇ ਵੇਖੀ ਜਾਣਾ। ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਸੁਝਾਅ ਦੇਣਾ ਜੀ ਇਹਨਾਂ ਮਾਂ ਬਾਪ ਨੂੰ ਜੀ, ਵੀ ਬੱਚਿਆਂ ਕੋਲ ਮੋਬਾਈਲ ਨੂੰ ਛੱਡ ਕੇ ਉਹਨਾਂ ਨੂੰ ਸ਼ਾਮ ਦੇ ਟਾਈਮ ਗਰਾਊਂਡ ਦੇ ਵਿੱਚ ਜੋੜੋ ਜੀ। ਗਰਾਊਂਡ ਆਪਣੇ ਆਪ ਨੂੰ ਬਚਾਉਣਾ ਤੇ ਅਸੀਂ ਪੈਸਾ ਕਮਾ ਕੇ ਕਾਹਦੇ ਵਾਸਤੇ ਰੱਖਾਂਗੇ ਜੇ ਬੱਚਾ ਨਸ਼ਿਆਂ 'ਚ ਲੱਗ ਗਿਆ ਤੇ? ਤੁਸੀਂ ਜਿੰਨੇ ਮਰਜ਼ੀ ਕਰੋੜਾਂ ਜੋੜ ਲਓ ਉਹਨੇ ਖਤਮ ਕਰ ਦੇਣਾ। ਜੇ ਤੁਸੀਂ ਆਪਣੀ ਉਹ ਚੀਜ਼ ਨੂੰ ਮਿਹਨਤ ਕਰਕੇ ਬੱਚਿਆਂ ਨੂੰ ਬਚਾ ਲਓਗੇ ਉਹੀ ਸਾਡੇ ਵਾਸਤੇ ਸਾਰਾ ਕੁਛ। ਅੱਛਾ, ਤੁਹਾਡੇ ਘਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ, ਤੇ ਆਪਣੇ ਬੱਚੇ ਵੀ ਹੋਣਗੇ, ਕਿੰਨੇ ਬੱਚੇ ਨੇ ਤੁਹਾਡੇ ਔਰ ਉਹ ਕੀ ਕਰਦੇ ਨੇ ਖੇਡਾਂ ਦੇ ਨਾਲ, ਉਹਨਾਂ ਦਾ ਕਿੰਨਾ ਕੁ ਰਾਬਤਾ ਹੈ? ਦੇਖੋ ਜੀ, ਇੱਕ ਬੇਟਾ ਮੇਰਾ ਜਿਹੜਾ ਹਰਡਲਸ ਕਰਦਾ ਸੀਗਾ ਉਹ ਹੁਣ ਇਸ ਟਾਈਮ ਕ੍ਰਿਕਟ ਕਰਦਾ ਗੁਜਰਾਤ ਅਕੈਡਮੀ ਦੇ ਵਿੱਚ। ਓਕੇ, ਤੇ ਇੱਕ ਬੇਟਾ ਮੇਰਾ ਛੋਟਾ ਹੈ ਜਿਹੜਾ ਉਹ ਸਟੱਡੀ ਦੇ ਵਿੱਚ ਉਹਦਾ ਸਪੋਰਟਸ ਦੇ ਵਿੱਚ ਰੁਝਾਨ ਨਹੀਂ ਸੀਗਾ, ਪਰ ਉਹ ਵਾਲੀਬਾਲ ਫਿਰ ਵੀ ਅਸੀਂ ਉਹਨੂੰ ਗਰਾਊਂਡ 'ਚ 10th ਕਲਾਸ ਤੱਕ ਉਹਨੂੰ ਅਸੀਂ ਸੌਣ ਨਹੀਂ ਦਿੱਤਾ, ਗਰਾਊਂਡ 'ਚ ਲੈ ਕੇ ਆਉਂਦੇ ਰਹੇ ਨਾਲ, ਪਰ ਉਹਦਾ ਇੰਟਰਸਟ ਜਿਹੜਾ ਸੀ ਸਪੋਰਟਸ ਨਾਲ ਥੋੜ੍ਹਾ ਘੱਟ ਕਰਕੇ ਪੜ੍ਹਾਈ ਵੱਲ ਜ਼ਿਆਦਾ ਸੀਗਾ। ਉਹ 4 ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ ਤੇ ਉਹ ਉੱਥੇ ਸਟੱਡੀ ਕਰਕੇ ਉੱਥੇ ਕਰਕੇ, ਪਰ ਉਹ ਹੁਣ ਕਹਿ ਰਿਹਾ ਵੀ ਮੈਂ ਸਪੋਰਟਸ ਨਾਲ ਜੁੜ ਕੇ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੁੰਦਾ ਵੀ ਬੱਚਿਆਂ ਨੂੰ ਮੈਂ ਇਹ ਚੀਜ਼ ਨੂੰ ਦੇਵਾਂ। ਉਹ ਮੇਰੀ ਫੈਮਿਲੀ ਵੀ ਜਿਹੜੀ ਬਿਲਕੁਲ ਵੈਜੀਟੇਰੀਅਨ। ਬਿਲਕੁਲ ਜੀ, ਮਤਲਬ ਜਿਹਨੂੰ ਗਰਾਊਂਡ ਦਾ ਤੁਸੀਂ ਸਵਾਦ ਇੱਕ ਵਾਰੀ ਬੱਚੇ ਨੂੰ ਦਿਖਾ ਦਿੱਤਾ ਆਪਣੇ ਐਫਰਟ ਦੇ ਨਾਲ, ਉਹ ਚਾਹੇ ਕਿਸੇ ਵੀ ਰੁਝਾਨ 'ਚ ਚੱਲ ਜਾਵੇ, ਕਿਸੇ ਵੀ ਹੋਰ ਫੀਲਡ 'ਚ ਚੱਲ ਜਾਏ, ਉਹਨੂੰ ਕਿਤੇ ਨਾ ਕਿਤੇ ਜਾ ਕੇ ਉਹ ਯਾਦ ਆਏਗੀ ਮੁੜ ਕੇ ਗਰਾਊਂਡ ਨਾਲ ਜੁੜੇਗਾ। ਬਿਲਕੁਲ, ਹੈ ਨਾ। ਵੇਖੋ ਜੀ, ਮੇਰੇ ਕੋਲ ਜਿਹੜੇ ਬੱਚੇ ਟ੍ਰੇਨਿੰਗ ਕਰਦੇ ਸੀ ਇਹ ਵਾਲੇ ਪੰਜਾਬ ਪੁਲਿਸ ਸੈਂਟਰ ਸਪੋਰਟਸ ਦੇ ਵਿੱਚ ਵੀ ਘੱਟੋ ਘੱਟ ਵੀ ਜਿਹੜੇ ਨੇ 25 ਤੋਂ 30 ਬੱਚੇ ਨੇ ਜਿਹਨਾਂ ਨੂੰ ਮੈਂ ਨੌਕਰੀ ਦਵਾਈ ਸੈਂਟਰ ਸਪੋਰਟਸ 'ਚ। ਅੱਛਾ, ਸਪੋਰਟਸ ਕੋਟੇ 'ਚ? ਸਪੋਰਟਸ ਕੋਟੇ, ਸਪੋਰਟਸ ਕੋਟੇ 'ਚ ਉਹਨਾਂ ਨੂੰ ਨੌਕਰੀ ਮਿਲੀ ਹੈ। ਅੱਛਾ, ਹੁਣ ਮੈਂ ਜੋ ਜਿੱਤ ਕੇ ਆਇਆ, DGP ਸਾਹਿਬ ਨੇ ਬਹੁਤ ਵਧੀਆ ਕੀਤਾ, ਸਾਡੇ AIG ਨੇ ਕਮਿਸ਼ਨ ਜਿਹੜੇ ਐਕਸਾਈਜ਼ ਦੇ ਗੁਰਜੋਤ ਸਿੰਘ ਜੀ, ਉਹ ਵੀ ਆਪ ਸਪੋਰਟਸ ਪਰਸਨ ਨੂੰ ਬਹੁਤ ਲਾਈਕ ਕਰਦੇ ਨੇ ਔਰ ਆਪ ਟਰੈਕਿੰਗ ਕਰਦੇ ਆ ਜੀ। ਅੱਛਾ ਜੀ, ਪਰ ਉਹਨਾਂ ਨੇ ਜਦੋਂ ਮੈਨੂੰ ਮਿਲੇ ਤੇ ਉਹਨਾਂ ਨੇ ਮੈਨੂੰ ਇੰਨਾ ਵਧੀਆ ਲੱਗਾ ਉਹਨਾਂ ਦਾ ਫੀਡ, ਉਹ ਕਹਿੰਦੇ ਵੀ ਮੈਂ ਇਸ ਚੀਜ਼ ਨੂੰ ਬਹੁਤ ਖੁਸ਼ ਹਾਂ ਕਿ ਤੁਸੀਂ ਆਪਣੀ ਡਿਊਟੀ ਦੇ ਦੌਰਾਨ ਇਹ ਕੰਮ ਕੀਤਾ ਆ, ਤੇ ਮੈਂ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ ਤੇ ਉਹਨਾਂ ਦੀ ਪ੍ਰੇਰਤਾ ਮੈਂ ਹੁਣ ਵੀ, ਤੇ ਹੁਣ ਅਸੀਂ 2 ਤਰੀਕ ਨੂੰ ਆਸਟ੍ਰੇਲੀਆ ਜਾਣਾ ਜੀ। ਅੱਛਾ ਜੀ, ਗੇਮਾਂ ਖੇਡਣ ਵਾਸਤੇ ਜੀ। ਠੀਕ ਹੈ, ਮੈਂ ਇਸ ਦੇ ਵਿੱਚ SGL ਹਸਪੀਟਲ ਨੂੰ ਰਿਪ੍ਰੈਜ਼ੈਂਟ ਕਰਾਂਗਾ ਜੀ। ਅੱਛਾ, ਕਿਉਂਕਿ ਮੈਂ ਬਦੌਲਤ ਉਹਨਾਂ ਦੀਆਂ ਜੀ, ਉਹਨਾਂ ਦੇ ਬਦੌਲਤ ਜੀ, ਮੈਂ ਜਿਹੜਾ ਇਹ ਟੂਰਨਾਮੈਂਟ ਹੋਊਗਾ ਇਹ ਜਿਹੜਾ ਮੇਰਾ ਮੈਡਲ ਦਾ ਹੱਕਦਾਰ ਹੋਊਗਾ, SGL ਦਾ ਸਾਰਾ ਕਿਰਦਾਰ ਉਹਦੇ ਕੋਲ ਜਾਏਗਾ ਜੀ। ਇਹ ਕੀ ਕਾਰਨ ਆ? ਆਮ ਤੌਰ ਤੇ ਸਾਡੇ ਸਮਾਜ ਵਿੱਚ ਸਮਝਿਆ ਜਾਂਦਾ ਜਿਹੜੇ ਸੰਤ ਮਹਾਂਪੁਰਸ਼ ਕਹਿੰਦੇ ਨੇ, ਜ਼ਿਆਦਾ ਕਰਕੇ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਅੱਜ ਕੱਲ੍ਹ, ਕਹਿੰਦੇ ਜੀ ਇਹ ਬਾਬੇ ਆਪੋ ਆਪਣਾ ਡੇਰੇਵਾਦ ਜਾਂ ਡੇਰਾਵਾਦ ਆ, ਇਹ ਇਸ ਤਰ੍ਹਾਂ ਕਰਦੇ ਉਸ ਤਰ੍ਹਾਂ ਕਰਦੇ, ਜ਼ਿਆਦਾ ਕਰਕੇ ਅਸੀਂ ਦੇਖਦੇ ਹਾਂ ਇੱਦਾਂ ਦਾ ਜਿਹੜਾ ਸੰਤ ਮਹਾਂਪੁਰਸ਼ਾਂ ਦਾ ਨੈਗੇਟਿਵ ਪ੍ਰਚਾਰ ਜਿਹੜਾ ਕੁਝ ਲੋਕਾਂ ਵੱਲੋਂ ਜ਼ਿਆਦਾ ਕੀਤਾ ਜਾਂਦਾ। ਪਰ ਐਸਾ ਕੀ ਇਹਦੇ 'ਚ ਖਾਸੀਅਤ ਤੁਹਾਨੂੰ? ਵੇਖੋ ਜੀ, ਸਾਨੂੰ ਤੇ ਜਦੋਂ ਦੇ ਅਸੀਂ ਜੁੜੇ ਹਾਂ ਪਹਿਲਾਂ ਅਸੀਂ ਵੇਖਿਆ ਸੀਗਾ ਵੀ ਪਿੰਡਾਂ ਦੇ ਪ੍ਰਧਾਨਗੀਆਂ ਤੋਂ ਲੜਾਈਆਂ ਹੁੰਦੀਆਂ ਗੁਰਦੁਆਰਿਆਂ 'ਚ, ਹੁਣ ਵੀ ਹੁੰਦੀਆਂ, ਪਰ ਜਦੋਂ ਦੇ ਅਸੀਂ ਇੱਥੇ ਆਏ ਹਾਂ ਸੰਸਥਾ ਦੇ ਵਿੱਚ ਇਹਨਾਂ ਨੇ ਹਸਪੀਟਲ ਬਣਾਏ ਆ, ਹਰ ਪਿੰਡ ਦੇ ਵਿੱਚ ਮੋਬਾਈਲ ਵੈਨ ਜਾਂਦੀ ਆ ਜੀ, ਜਿਹੜੇ ਕਿ ਬਾਰਡਰ ਏਰੀਆ ਦੇ ਵਿੱਚ ਡਾਕਟਰੀ ਸਹੂਲਤ ਹੀ ਨਹੀਂ ਹੈਗੀ। ਓਕੇ, ਹਰ ਹਫ਼ਤੇ ਬਾਅਦ ਜਿੱਦਾਂ ਪਹਿਲੇ 'ਚ ਗੁਰਦਾਸਪੁਰ ਜਾਊਗੀ, ਦਿਨ ਡੇ ਵੰਡੇ ਆ, ਤਰਨ ਤਾਰਨ ਜਾਊਗੀ ਜੀ, ਜਿੰਨੇ ਬਾਰਡਰ ਏਰੀਏ ਦੇ ਲੋਕ ਨੇ ਉੱਥੇ ਜਾਂਦੇ ਲੋੜਵੰਦਾਂ ਦਾ ਲੋੜਵੰਦਾਂ ਦੀ ਸੇਵਾਵਾਂ। ਮੈਂ ਤੁਹਾਨੂੰ ਦੱਸਿਆ ਵੀ 2016 ਦੀ ਗੱਲ ਹੈ ਜੀ, ਮੇਰੇ ਹਾਰਟ ਬਲੌਕ ਇਦਾਂ ਦੇ, ਮੈਂ 25,000 ਵਿੱਚ ਘਰ ਵਾਪਸ ਆਇਆ ਤੇ ਮੇਰਾ ਜਿਹੜਾ ਖਰਚਾ ਸੀਗਾ ਲੁਧਿਆਣੇ, ਮੈਨੂੰ ਉਹਨਾਂ ਨੇ ਕਿਹਾ 5 ਲੱਖ ਰੁਪਇਆ ਜਮ੍ਹਾਂ ਕਰਾਓ ਫਿਰ ਟ੍ਰੀਟਮੈਂਟ ਸ਼ੁਰੂ ਕਰਦਾ। ਬੜਾ ਫਰਕ ਹੈ ਜੀ, 20 ਗੁਣਾ। ਤੁਸੀਂ ਵੇਖ ਲਓ ਜੀ, ਮੈਂ ਇਹ ਚੀਜ਼ ਕਹਿੰਦਾ ਵੀ 5 ਲੱਖ ਰੁਪਇਆ ਉਹਨਾਂ ਕਿਹਾ ਸੀ, ਉਹਨੇ ਮੇਰੀ ਫੈਮਿਲੀ ਨੂੰ ਕਹਿ ਦਿੱਤਾ ਸੀ ਵੀ 5 ਲੱਖ ਤੁਸੀਂ ਜਮ੍ਹਾਂ ਕਰਵਾ ਲਓ ਤੇ ਅਸੀਂ ਤਾਂ ਟ੍ਰੀਟਮੈਂਟ ਸ਼ੁਰੂ ਕਰਾਂਗੇ, ਬਚਣ ਦੀ ਕੋਈ ਉਮੀਦ ਨਹੀਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੋਂ ਕੁ ਤੱਕ ਤੁਸੀਂ ਕਿਹਾ ਵੀ ਹੁਣ ਖੇਡਣ ਫਿਰ ਜਾ ਰਹੇ ਆ, ਹੁਣ ਤਾਂ ਗੋਲਡ ਮੈਡਲ ਤੁਸੀਂ ਜਿੱਤ ਚੁੱਕੇ ਆ, ਉਸ ਤੋਂ ਅੱਗੇ ਹੁਣ ਦੌੜ ਹੈ, ਕਿੰਨੀ ਕੁ ਉਮਰ ਤੱਕ ਤੁਹਾਨੂੰ ਲੱਗਦਾ? ਇਹ ਜਿਹੜੀਆਂ ਗੇਮਾਂ ਨੇ ਮਾਸਟਰ ਗੇਮ ਹੀ ਹੁੰਦੀਆਂ ਨੇ, ਏਜ ਪਲੱਸ ਹੋ ਜਾਂਦੀ ਆ 50-55, ਮੇਰਾ ਜਿੰਨਾ ਜੇ ਮਾਲਕ ਨੇ ਸਵਾਸ ਬਖਸ਼ਣਗੇ ਮੈਂ ਸਪੋਰਟਸ ਨਾਲ ਜੁੜਿਆ ਰਵਾਂਗਾ ਤੇ ਸਾਰੇ ਬੱਚਿਆਂ ਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਕਰਾਵਾਂਗਾ। ਮਤਲਬ ਆਖਰੀ ਸਵਾਸ ਤੱਕ ਤੁਸੀਂ ਜੁੜੇ ਆ, ਸਪੋਰਟਸ ਨਾਲ ਜੁੜੋਗੇ? ਹਾਂਜੀ। ਅੱਛਾ, ਹੁਣ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਸੀਂ ਦੇਖ ਰਹੇ ਹਾਂ, ਜ਼ਿਕਰ ਵੀ ਹੋਇਆ, ਬੱਚੇ ਜਿਹੜੇ ਆ ਖੇਡ ਰਹੇ, ਪ੍ਰੈਕਟਿਸ ਕਰ ਰਹੇ ਆ। ਹਾਂਜੀ, ਇਹ
ਤੇ ਮੈਂ ਆਪਣੀ ਡਿਊਟੀ ਦੇ ਦੌਰਾਨ ਜਦੋਂ ਆਪਣੇ ਅਫਸਰਾਂ ਤੋਂ ਪਰਮਿਸ਼ਨ ਲੈ ਕੇ ਜਾਂ ਜੋ ਮੇਰੀ ਹਫ਼ਤੇਵਾਰੀ ਦੀ ਰੈਸਟ ਬਣਦੀ ਆ ਰੈਸਟ ਵਾਰ ਚ ਆਣ ਕੇ ਤੇ ਮੈਂ ਇੱਥੇ ਨਾ ਜਿਹੜੇ ABC ਆ ਜਿਹੜਾ ਸੈਂਟਰ ਲੱਗੇ ਨੇ ਹਡਲ ਸਰਕਾਰਾਂ ਨੇ ਜੋ ਵੀ ਨਿੱਕਾ ਨਿੱਕਾ ਕੰਮ ਹੈਗਾ ਉਹ ਮੈਂ ਸਾਰਾ ਇਹਨਾਂ ਨੂੰ ਕਰਵਾਉਣਾ ਹੈ ਮਤਲਬ ਤੁਸੀਂ ਇੱਥੇ ਫਿਟਨੈਸ ਵਾਸਤੇ ਬੱਚਿਆਂ ਦਾ ਫਿਟਨੈਸ ਵਾਸਤੇ ਕਰਦੇ ਆ ਤਾਂ ਕਿ ਉਹ ਜਿਹੜੀ ਮਰਜ਼ੀ ਗੇਮ 'ਚ ਬੱਚਾ ਅੱਗੇ ਜਾ ਸਕਦਾ ਜਾ ਸਕਦਾ ਕਿਉਂਕਿ ਛੋਟੇ ਬੱਚੇ ਨੇ ਜੇ ਫਿਟਨੈਸ ਹੋਏਗੀ ਤੇ ਕਿਸੇ ਪਾਸੇ ਵੀ ਬੱਚਾ ਜਿਹੜਾ ਆ ਆਪਣਾ ਬਿਲਕੁਲ ਬਿਲਕੁਲ ਹਾਂ ਮਤਲਬ ਕਿਸੇ ਖਾਸ ਗਾਈਡੈਂਸ ਦੇ ਵਿੱਚ ਕਿਉਂਕਿ ਤੁਹਾਡਾ ਤਜਰਬਾ ਆ ਕਿ ਫਿਟ ਕਿਵੇਂ ਰਹਿਣਾ ਫਿਟਨੈਸ ਵਾਸਤੇ ਕੀ ਕਰਨ ਦੀ ਜ਼ਰੂਰਤ ਆ ਤੁਸੀਂ ਬੱਚਿਆਂ ਨੂੰ ਹੁਣ ਤੱਕ ਕਰਾ ਦੇਣਾ ਅੱਛਾ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤੁਸੀਂ ਰੋਜ਼ਾਨਾ ਆਉਂਦੇ ਹੋ ਕਿੰਨਾ ਸਮਾਂ ਹੁੰਦਾ ਮੈਂ ਵੇਖੋ ਜੀ ਰੋਜ਼ਾਨਾ ਤੇ ਨਹੀਂ ਮੇਰੇ ਕੋ ਆ ਜਾਂਦਾ ਡਿਊਟੀ ਦੇ ਦੌਰਾਨ ਮੈਂ ਉੱਥੇ ਡਿਊਟੀ ਵੀ ਕਰਨੀ ਹੁੰਦੀ ਹੈ ਜੀ ਬਟਾਲਾ ਮੈਂ ਇੱਥੇ ਜਿੱਦਣ ਮੇਰੀ ਜਿੱਦਣ ਰੈਸਟ ਬਣਦੀ ਆ ਤੇ ਜਾਂ ਹਫ਼ਤੇ 'ਚ 2 ਦਿਨ ਮੈਂ ਇੱਥੇ ਪ੍ਰੋਪਰ ਆਉਂਦਾ ਆ ਜਿੱਦਣ ਇਹਨਾਂ ਦਾ ਵਰਕ ਹੁੰਦਾ ਬੱਚਿਆਂ ਦਾ ਪ੍ਰੋਪਰ ਜਿਹੜੀ ਫਿਟਨੈਸ ਟ੍ਰੇਨਿੰਗ ਦੇਣੀ ਹੈ ਫਿਟਨੈਸ ਟ੍ਰੇਨਿੰਗ ਇਹਨਾਂ ਨੂੰ ਹਫ਼ਤੇ 'ਚ ਕਿੰਨੇ ਦਿਨ ਦਿੱਤੇ ਮੈਂ ਇਹਨੂੰ 2 ਦਿਨ ਦੇਣਾ ਬਾਕੀ 4 ਦਿਨ ਉਹ ਦੂਸਰਾ ਇੱਥੇ ਲੜਕਾ ਇੱਕ ਉਹਨੂੰ ਦੱਸ ਕੇ ਜਾਣਾ ਉਹ ਕਰਦੇ ਦੂਸਰੇ ਕੋਚ ਕਰਾਉਂਦੇ ਬਿਲਕੁਲ ਮਤਲਬ ਤੁਹਾਡੀ ਨਿਗਰਾਨੀ ਹੇਠ ਤੇ ਬੱਚਿਆਂ ਦੀ ਫਿਟਨੈਸ ਦਾ ਕੰਮ ਬਿਲਕੁਲ ਅੱਛਾ ਤੇ ਕੋਈ ਵੀ ਬੱਚਾ ਆ ਸਕਦਾ ਕੋਈ ਵੀ ਆ ਸਕਦਾ ਖੁੱਲਾ ਆ ਸਟੇਡੀਅਮ ਇਹ ਵੇਖੋ ਜੀ ਜਾਂ ਕੋਈ ਖਾਸ ਸ਼ਰਤ ਵੀ ਰੱਖੀ ਹੈ ਨਹੀਂ ਜੀ ਇੱਥੇ ਕੋਈ ਸ਼ਰਤ ਨਹੀਂ ਹੈਗੀ ਅੱਛਾ ਇੱਥੇ ਸਰਕਾਰੀ ਸਟੇਡੀਅਮ ਹੈ ਤੇ ਸਿਰਫ 15 ਅਗਸਤ 26 ਜਨਵਰੀ ਤੇ ਵੀ ਯੂਜ਼ ਹੁੰਦਾ ਹੀ ਹੈ ਤੇ ਉਦੋਂ ਬੱਚਿਆਂ ਨੂੰ ਇਹ ਬਾਹਰ ਇੱਕ ਪਾਰਕ ਦੇ ਵਿੱਚ ਟ੍ਰੇਨਿੰਗ ਕਰਾਉਂਦੇ ਆ ਕੋਚਾਂ ਦੇ ਫੁੱਟਬਾਲ ਦੇ ਅੱਛਾ ਤੇ ਬਾਕੀ ਕੁਝ ਹੈਗੀਆਂ ਨੇ ਸੰਸਥਾਵਾਂ ਜਿਹੜੀਆਂ ਕਿ ਪੇਡ ਵੀ ਨੇ ਬਹੁਤ ਜ਼ਿਆਦੀਆਂ ਇੱਥੇ ਵੀ ਸਾਰੇ ਗਰੀਬ ਘਰਾਂ ਦੇ ਬੱਚੇ ਨੇ ਜੀ ਆ ਰਹੇ ਨੇ ਜਿਹੜੇ ਇਹਦੇ ਵਾਸਤੇ ਫੁੱਟਬਾਲ ਵਗੈਰਾ ਜੋ ਵੀ ਹੈਗਾ ਇਹ ਇਦਾਂ ਹੀ ਕਿਸੇ ਨੂੰ ਕਹਿੰਦਾ ਵੀਰ ਭਰਾ ਨੂੰ ਵੀ ਦਾਨ ਕਰਦੇ ਤੇ ਇਸ ਹਿਸਾਬ ਨਾਲ ਇਸ ਅਕੈਡਮੀ ਚੱਲੀ ਜਾਂਦੀ ਹੈ ਬਹੁਤ ਵਧੀਆ ਕੀ ਭਵਿੱਖ ਦੇਖਦੇ ਹੋ ਖੇਡਾਂ ਦੇ ਵਿੱਚ ਭਾਰਤ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੇਖੋ ਜੀ ਮੈਂ 1 ਮਹੀਨਾ ਹੁਣ ਉੱਥੇ ਬਾਹਰ ਰਹਿ ਕੇ ਆਇਆ ਜੀ ਮੈਂ ਉੱਥੇ ਉਹਨਾਂ ਦੀ ਮੈਂ ਉੱਥੇ ਇਹ ਨਹੀਂ ਵੀ ਕੱਲਾ ਕੰਪੀਟੀਸ਼ਨ ਕਰਕੇ ਆਇਆ ਮੈਂ 20 ਦਿਨ ਵੇਖ ਕੇ ਆਇਆ ਵੀ ਉਹ ਬੱਚਿਆਂ ਨੂੰ ਫਿਟਨੈਸ ਕਿਵੇਂ ਕਰਾਉਂਦੇ ਕੋਚ ਅੱਛਾ ਜੀ ਜੀ ਮੈਂ ਉੱਥੇ ਮੇਰੇ ਜਿਹੜੇ ਬ੍ਰਦਰ ਸੀਗੇ ਉਹ ਮੈਨੂੰ ਸੈਂਟਰ 'ਚ ਛੱਡ ਆਉਂਦੇ ਸੀ ਸਵੇਰੇ ਅੱਛਾ ਅੱਛਾ 10 ਵਜੇ ਤੇ ਸ਼ਾਮੀ 4 ਵਜੇ ਵਾਪਸ ਲੈ ਕੇ ਆਉਂਦੇ ਅੱਛਾ ਤੇ ਮੈਨੂੰ ਉਹਨਾਂ ਕਹਿਣਾ ਵੀ ਤੂੰ ਆ ਜਾ ਰੋਟੀ ਪਾਣੀ ਮੈਂ ਕਹਿੰਦਾ ਵੀ ਨਹੀਂ ਮੈਨੂੰ ਇੱਥੇ ਰਹਿਣ ਦੋ ਵੀ ਕਿਹੜੇ ਮੁਲਕ ਚ ਆਸਟ੍ਰੇਲੀਆ ਜਰਮਨ ਜਰਮਨ ਚ ਜੀ ਜਰਮਨ ਠੀਕ ਹੈ ਤੇ ਉਹਨਾਂ ਨੇ ਮੈਨੂੰ ਉੱਥੇ ਦੱਸਣਾ ਮੈਂ ਉੱਥੇ ਫੁੱਟਬਾਲ ਦੀ ਟ੍ਰੇਨਿੰਗ ਵੇਖੀ ਜੀ ਹਰ 4 ਕਿਲੋਮੀਟਰ ਦੇ ਬਾਅਦ ਉਹਨਾਂ ਦਾ ਇੱਕ ਹੱਬ ਬਣੀ ਆ ਅੱਛਾ ਕਿ ਜਿਹੜੇ ਕਿ ਹਰ ਆਪਣੇ ਬੱਚੇ ਕਹਿ ਦਿੰਦੇ ਵੀ ਬਾਹਰਲੇ ਬੱਚੇ ਇਦਾਂ ਹੈ ਪਰ ਉਹ ਸਾਡੇ ਤੋਂ ਕਿਤੇ ਐਡਵਾਂਸ ਨੇ ਮਾਂ-ਬਾਪ ਬੱਚਿਆਂ ਨੂੰ ਆਪ ਛੱਡ ਕੇ ਜਾਂਦੇ ਆ ਵਿਡ ਪੇਡ ਨੇ ਕੋਚ ਨੇ ਪੈਸੇ ਲੈਣੇ ਆ ਘੰਟੇ ਦੇ ਹਿਸਾਬ ਨਾਲ ਉਹਨਾਂ ਕੋਲ ਤੇ ਫਿਰ ਵੀ ਉਹ ਲੋਕ ਜਿਹੜੇ ਨੇ ਆਪਣੀ ਸਪੋਰਟਸ ਨੂੰ ਕਿੱਦਾਂ ਨਿਖਾਰ ਰਹੇ ਨੇ ਫੁੱਟਬਾਲ ਦੀ ਟੀਮ ਵਾਸਤੇ ਉਹ ਲੋਕ ਮਰ ਜਾਂਦੇ ਨੇ ਤੇ ਅਸੀਂ ਵੀ ਆਨੇ ਵੀ ਇੰਡੀਆ ਦੇ ਵਿੱਚ ਟੈਲੈਂਟ ਬਹੁਤ ਆ ਜਿੱਦਾਂ ਉਹ ਸਰਕਾਰਾਂ ਕੁਝ ਧਿਆਨ ਦੇਣ ਲੱਗੀਆਂ ਨੇ ਪਹਿਲਾਂ ਵੀ ਦਿੰਦੀਆਂ ਨੇ ਪਰ ਜਿੱਦਾਂ ਵੀ ਚੱਲਦੇ ਨੇ ਸਿਸਟਮ ਉਹਨੂੰ ਪਰ ਸਪੋਰਟਸ ਨੂੰ ਪੋਲਿਟਿਕਸ ਤੋਂ ਬਾਹਰ ਕੱਢ ਕੇ ਤੇ ਇਹਨੂੰ ਉੱਪਰ ਚੁੱਕਣਾ ਚਾਹੀਦਾ ਆਮ ਤੌਰ ਤੇ ਇਹ ਅਲੰਬਾ ਰਹਿੰਦਾ ਪੰਜਾਬ ਦੇ ਵਿੱਚ ਇਹ ਜਿਹੜੀ ਆ ਖੇਡਾਂ ਆ ਖੇਡਾਂ ਦੇ ਵਿੱਚ ਸੈਂਟਰ ਗਵਰਨਮੈਂਟ ਜਿਹੜੀ ਆ ਧਿਆਨ ਨਹੀਂ ਦਿੰਦੀ ਇਹ ਜਿਹੜਾ ਖੇਡਾਂ ਦਾ ਵੈਸੇ ਤੁਹਾਨੂੰ ਲੱਗਦਾ ਜਿਹੜਾ ਡਿਪਾਰਟਮੈਂਟ ਇਹ ਜ਼ਿੰਮੇਵਾਰੀ ਪਹਿਲਾਂ ਕਿਹਨੂੰ ਨਿਭਾਉਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੇ ਆਪਣੇ ਪੰਜਾਬ ਗਵਰਨਮੈਂਟ ਦੀ ਹੈ ਜੀ ਜਿਹਦੇ ਉਹਦੇ ਨਾਲ ਪ੍ਰੋਪਰ ਸਟਰਕਚਰ ਹੈਗਾ ਆਪਣੇ ਕੋਲ ਸਾਰਾ ਕੁਝ ਚੱਲਦਾ ਸਿੰਥੈਟਿਕ ਟਰੈਕ ਹੁਣ ਤੁਸੀਂ ਸਪੋਰਟਸ ਸਕੂਲ 'ਚ ਹੀ ਲਾ ਲਓ ਜਿਹੜਾ ਕਿ ਸਾਨੂੰ 10 ਸਾਲ ਬਾਅਦ ਮਿਲਿਆ ਖਰਾਬ ਹੋਣ ਤੋਂ ਬਾਅਦ 10 ਸਾਲ ਬਾਅਦ ਹੁਣ ਨਵਾਂ ਪਿਆ ਉਹਦੇ 10 ਸਾਲ ਦੇ ਅਰਸੇ ਦੇ ਦੌਰਾਨ ਕਿੰਨੇ ਪਲੇਅਰ ਇੰਜਰਡ ਹੋ ਗਏ ਨੇ ਕਿੰਨਿਆਂ ਦਾ ਕੈਰੀਅਰ ਬਰਬਾਦ ਹੋ ਗਿਆ ਉਹਨਾਂ ਨੂੰ ਕਿਸੇ ਬਾਰੇ ਕੋਈ ਕਿਸੇ ਨੂੰ ਨੌਲੇਜ ਨਹੀਂ ਹੈ ਕਿਉਂਕਿ ਜਿਹੜਾ ਬੱਚੇ ਦਾ ਕੈਰੀਅਰ ਬਰਬਾਦ ਹੋ ਤੇ ਮਿੱਟੀ ਆ ਤੇ ਜਿਹੜਾ ਬੱਚਾ ਥੋੜਾ ਆਪਣਾ ਆਫਿਟ ਕਰਦਾ ਸੀ ਕੋਈ ਪਟਿਆਲੇ ਚਲ ਗਿਆ ਕੋਈ ਲੁਧਿਆਣੇ ਚਲ ਗਿਆ ਉੱਥੇ ਉਹਨੇ ਟ੍ਰੇਨਿੰਗ ਕਰ ਲਈ ਕਿਉਂਕਿ ਸਿੰਥੈਟਿਕ ਟਰੈਕ ਬਹੁਤ ਜ਼ਰੂਰੀ ਨੇ ਹਰ ਜ਼ਿਲ੍ਹੇ 'ਚ ਹੁਣ ਜਿੱਦਾਂ ਗੁਰਦਾਸਪੁਰ ਆ ਉਹ ਸਾਈਡਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ 4 ਲੈਨ ਦਾ ਟਰੈਕ ਜਿਹੜਾ ਨਾ ਸਿੰਥੈਟਿਕ ਟਰੈਕ ਇਹਨਾਂ ਨੂੰ ਦੇਣਾ ਚਾਹੀਦਾ ਓਕੇ ਮਤਲਬ ਜ਼ਰੂਰਤ ਹਾਲੇ ਪੰਜਾਬ ਸਰਕਾਰ ਨੂੰ ਬਹੁਤ ਕੁਝ ਬਹੁਤ ਜ਼ਿਆਦਾ ਜੀ ਕਰਨ ਦੀ ਲੱਗਦੀ ਆ ਤੁਸੀਂ ਪਹਿਲਾਂ ਮਾਂ-ਬਾਪ ਤੋਂ ਗੱਲ ਸ਼ੁਰੂ ਕੀਤੀ ਕਿ ਸਭ ਤੋਂ ਪਹਿਲਾਂ ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਸਮੇਂ ਸਿਰ ਉਠਾਲਣ ਉਹਨੂੰ ਗਰਾਊਂਡ ਲੈ ਕੇ ਜਾਣ ਉਹਨੂੰ ਪ੍ਰੇਰਿਤ ਕਰਨ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਫਿਰ ਸਰਕਾਰਾਂ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਕਿ ਉਹ ਸਟੇਟ ਦੀਆਂ ਜਿਹੜੀਆਂ ਖੇਡਾਂ ਨਾ ਉਹਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਉਹ ਕੋਸ਼ਿਸ਼ ਕਰਨ ਅੱਛਾ ਕੀ ਲੱਗਦਾ ਖੇਡਾਂ ਦੇ ਨਾਲ ਜਦੋਂ ਵਿਅਕਤੀ ਕੋ ਜੁੜਦਾ ਹਾਂਜੀ ਜਿਵੇਂ ਕਿ ਪੰਜਾਬ ਨਸ਼ਿਆਂ ਵਾਸਤੇ ਵੀ ਬਹੁਤ ਇਸ ਵੇਲੇ ਜਾਣਿਆ ਜਾਂਦਾ ਤੁਹਾਨੂੰ ਕੀ ਲੱਗਦਾ ਨਸ਼ਿਆਂ ਦੀ ਕਿੱਡੀ ਕੁ ਸਮੱਸਿਆ ਆ ਜਾਂ ਕੀ ਉਹ ਜਿਹੜੀ ਨਸ਼ਿਆਂ ਦੀ ਸਮੱਸਿਆ ਉਹ ਖੇਡਾਂ 'ਚ ਰੁਕਾਵਟ ਆ ਜਾਂ ਖੇਡਾਂ ਦਾ ਔਰ ਨਸ਼ਿਆਂ ਦਾ ਆਪਸ 'ਚ ਕਿਸ ਤਰ੍ਹਾਂ ਤਾਲਮੇਲ ਆ ਵੇਖੋ ਜੀ ਜੇ ਪੰਜਾਬ 'ਚ ਹੁਣ ਲੋਕੀ ਕਹਿ ਰਹੇ ਨੇ ਵੀ ਨਸ਼ਿਆਂ ਦਾ ਬਹੁਤ ਅੱਗੇ ਚੱਲ ਰਿਹਾ ਤੇ ਪੰਜਾਬ ਇੱਕ ਤਰ੍ਹਾਂ ਖੇਡਾਂ 'ਚ ਵੀ ਸਭ ਤੋਂ ਅੱਗੇ ਸੀ ਕਿੰਨੇ ਕਿੰਨੇ ਬੰਦੇ ਓਲੰਪੀਅਨ ਸੀ ਜਿਹੜੇ ਹਾਕੀ ਦੇ ਸਿਰੇ ਪੰਜਾਬ ਦੇ ਸੀ ਜੀ ਜੀ ਸਪੋਰਟਸ ਦੇ ਵਿੱਚ ਪੰਜਾਬ ਦੇ
ਬਹੁਤ ਪਲੇਅਰ ਨੇ, ਹੁਣ ਵੀ ਬਹੁਤ ਵਧੀਆ ਪਲੇਅਰ ਨੇ, ਸਿਰਫ ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਨਸ਼ਾ ਵੇਖੋ ਜੀ ਲਾ ਰਹੇ ਨੇ ਲੋਕ ਪਿੰਡਾਂ ਦੇ ਵਿੱਚ, ਜਦੋਂ ਬੱਚਾ ਫ੍ਰੀ ਰਹਿਣਾ ਇਕੱਲਾ ਰਹਿਣਾ ਹੈ ਨਾ, ਉਹਨੇ ਮੋਬਾਈਲ ਤੋਂ ਹੀ ਨਾਲ ਜੁੜਨਾ ਕਿਸੇ ਨੇ, ਉਹ ਨਸ਼ਾ ਜਦੋਂ ਰੁਝਾਨ ਇੱਕ ਜਣਾ ਕਰ ਰਿਹਾ ਦੂਜਾ ਵੀ ਬਹਿ ਜਾਂਦਾ ਲੱਗ ਗਿਆ ਤੀਜਾ ਵੀ ਬਹਿ ਗਿਆ, ਵੀ ਉਸ ਚੀਜ਼ ਨੂੰ ਲੈ ਕੇ ਉਹ ਪਕੜ ਕਰ ਦਿੰਦੇ। ਸਪੋਰਟਸ ਵੱਲ ਤਾਂ ਮੈਂ ਨਾ ਜਿਹੜਾ ਬੱਚਾ ਲੱਗ ਜਾਂਦਾ ਨਾ ਜੀ, ਇਹ ਲੋਕਾਂ ਦੀ ਗਲਤ ਫਹਿਮੀ ਆ ਵੀ ਬੱਚਾ ਸਪੋਰਟਸ ਵਾਲਾ ਹੀ ਇਹ ਨਸ਼ਿਆਂ ਵੱਲ ਲੱਗਦਾ ਆ। ਸਪੋਰਟਸ ਵਾਲੇ ਦੀ ਇੱਕ ਸਟਰੈਂਥ ਆ, ਪਾਵਰ ਆ ਆਪਣੀ, ਉਹ ਤੇ ਹਰ ਚੀਜ਼ ਨੂੰ ਜਿੱਤ ਸਕਦਾ ਬੰਦਾ। ਮੈਂ ਨਾ ਕੋਈ ਨਸ਼ਾ ਕਰਦਾ ਵੀ ਹੋਏ ਤਾਂ ਸਪੋਰਟਸਮੈਨ ਉਹਨੂੰ ਛਡਾ ਸਕਦਾ, ਤੇ ਉਹ ਆਪ ਖੁਦ ਵੀ ਛੱਡ ਸਕਦਾ ਜੇ ਕੋਈ ਕਰਦਾ ਤੇ। ਪਰ ਕੁਝ ਖਾਸ ਖੇਡਾਂ ਦੇ ਵਿੱਚ ਕਈ ਵਾਰੀ ਤਾਂ ਸ਼ਿਕਾਇਤ ਆ ਜਾਂਦੀ ਆ, ਆ ਪਿਛਲੇ ਦਿਨ ਆਈ ਕਮਲਪ੍ਰੀਤ ਕੌਰ ਖੇਡਾਂ ਦੇ ਵਿੱਚ ਨਸ਼ੇ ਵਾਲਾ, ਉਹਦੇ ਚ ਕੋਈ ਡੋਪਿੰਗ ਨੀ ਗੀ ਹੈਗੀ। ਅੱਛਾ, ਉਹਦੇ ਵਿੱਚ ਇਹ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗਲਤ ਫਹਿਮੀ ਆ ਵੀ ਉਹ ਨਸ਼ਾ ਲੈ ਕੇ ਸਿੱਟਾ ਹੈ। ਅੱਛਾ, ਉਹ ਸਿਰਫ ਇੱਕ ਕੀ ਹੁੰਦਾ ਜਿਹਦਾ ਮਲਟੀ ਵਿਟਾਮਿਨਸ ਨੇ ਕੋਈ ਪਾਵਰ ਪਾਊਡਰ ਨੇ, ਓਕੇ ਓਕੇ, ਪਾਊਡਰ ਦੇ ਵਿੱਚ ਜਿਹੜੀ ਸਟਰੈਂਥ ਵਧਾਉਣ ਵਾਸਤੇ ਹੁੰਦੇ ਨਾ ਕਿ ਨਸ਼ਾ ਕਰਨ ਵਾਸਤੇ। ਓਕੇ ਓਕੇ, ਮਤਲਬ ਸਟਰੈਂਥ ਵਧਾਉਣ ਦੀਆਂ ਜਿਹੜੀਆਂ ਦਵਾਈਆਂ ਉਹ ਡੋਪਿੰਗ ਦਾ ਆਪਾਂ ਕਹਿ ਦਿੰਦੇ ਵੀ ਆ ਨਸ਼ਾ, ਉਹ ਨਸ਼ਾ ਨਹੀਂ ਹੁੰਦਾ ਜੀ, ਉਹ ਸਟਰੈਂਥਿੰਗ ਹੁੰਦੀ ਹੈ ਉਹਦੇ ਵਿੱਚ। ਜਿੱਦਾਂ ਤੁਸੀਂ ਪ੍ਰੋਟੀਨ ਹੀ ਲੈ ਰਹੇ ਹੋ, ਚਾਹੇ ਤੁਸੀਂ ਮਲਟੀ ਵਿਟਾਮਿਨ ਲੈ ਰਹੇ ਹੋ, ਚਾਹੇ ਤੁਸੀਂ ਕਿਸੇ ਬਿਮਾਰੀ ਦਾ ਟੀਕਾ ਲਵਾਇਆ, ਹਰ ਹਸਪੀਟਲ ਟੀਕਾ ਲਾਉਂਦੇ ਜਾਂਦੇ, ਤੁਹਾਨੂੰ ਡੇਕਾਡੋਰਾਵਲਿਨ ਟੀਕਾ ਲਾਉਂਦੇ ਆ ਵੀ ਇਹ ਲਾ ਦਿੰਦੇ ਆ। ਉਹ ਕਈ ਵਾਰੀ ਪਤਾ ਨਹੀਂ ਹੁੰਦਾ ਸਪੋਰਟਸ ਪਰਸਨ ਦਵਾਈ ਲੈਣ ਜਾਂਦਾ ਆ, ਉਹਨੂੰ ਕੋਈ ਟੈਬਲੇਟਸ ਉਦੋਂ ਦੀ ਮਿਲ ਜਾਂਦੀ ਜਿਹੜੀ ਕਿ ਡੋਪ ਚ ਆ ਜਾਂਦੀ, ਡੋਪ ਚ ਆ ਜਾਂਦੀ ਆ। ਅੱਛਾ, ਇੱਕ ਚੀਜ਼ ਜਾਂਦੇ ਜਾਂਦੇ ਵਿਚਾਰ ਆ ਰਿਹਾ, ਜਿਵੇਂ ਅਸੀਂ ਕਹਿ ਦਿੰਦੇ ਆ ਕਿ ਦੂਜੇ ਨੂੰ ਸੁਝਾਅ ਦੇਣਾ ਬੜਾ ਸੁਖਾਲਾ ਹੁੰਦਾ ਪਰ ਆਪ ਜਾ ਕੇ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ। ਤੁਸੀਂ ਜਿੰਨੀ ਆਪਣੀ ਇਸ ਵੇਲੇ ਸਮਰੱਥਾ ਆ ਉਹਨਾਂ ਤੁਸੀਂ ਸਮਾਂ ਜਿਹੜਾ ਉਹ ਗਰਾਊਂਡ ਨੂੰ ਦੇ ਰਹੇ ਆ। ਅਗਰ ਲੱਗੇ ਕਿਤੇ ਸਮਾਂ ਬਣੇ ਐਸਾ ਕਿ ਸਰਕਾਰ ਨੂੰ ਐਂ ਲੱਗੇ ਕਿ ਅਸੀਂ ਸਪੋਰਟਸਮੈਨ ਜਿਹੜੇ ਆ ਅਸੀਂ ਉਹਨਾਂ ਕੋਲ ਸਲਾਹ ਲੈਣੀ ਆ, ਜਾਂ ਸਪੋਰਟਸਮੈਨ ਨੂੰ ਅੱਗੇ ਕਰਨਾ, ਸਪੋਰਟਸਮੈਨ ਨੂੰ ਜ਼ਿੰਮੇਵਾਰੀ ਦੇਣੀ ਆ ਕਿ ਕੁਛ ਸਿਸਟਮ ਬਣਾਓ, ਤੇ ਜੇ ਜਸਵਿੰਦਰ ਜੀ ਨੂੰ ਕਿਤੇ ਬਹੁਤ ਵੱਡੀ ਜ਼ਿੰਮੇਵਾਰੀ ਇਦਾਂ ਦੀ ਮਿਲ ਜਾਂਦੀ ਹੈ ਤੇ ਲਓ ਜੀ ਸਿਸਟਮ ਹੀ ਤੁਸੀਂ ਤਿਆਰ ਕਰੋ ਪੰਜਾਬ ਦੇ ਵਾਸਤੇ, ਕਿੱਦਾਂ ਖਿਡਾਰੀ ਵਧੀਆ ਤਿਆਰ ਹੋਣਗੇ, ਕਿ ਜਸਵਿੰਦਰ ਜੀ ਦਾ ਕੀ ਆਈਡੀਆ ਲੱਗਦਾ, ਕੀ ਕੰਮ ਕਰਨਾ ਚਾਹਣਗੇ, ਕੀ ਸਟਰਕਚਰ ਤਿਆਰ ਕਰਨਾ ਚਾਹਣਗੇ? ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਬੱਚਿਆਂ ਨੂੰ ਆਪਾਂ ਨੂੰ ਜਿਹੜੀ ਪਨੀਰੀ ਹੈ ਨਾ ਪਿੰਡਾਂ ਤੋਂ ਮਿਲਣੀ। ਜੇ ਤੁਸੀਂ ਪਿੰਡਾਂ ਦੇ ਵਿੱਚ ਸੈਂਟਰ ਖੋਲ੍ਹੇ ਜਾਣਗੇ, ਮੈਂ ਤਾਂ ਤੇ ਉਹੀ ਤਜਰਬਾ ਹੈ ਵੀ ਜੇ ਪਿੰਡਾਂ ਦੇ ਵਿੱਚੋਂ ਤੇ ਜਾਂ ਸ਼ਹਿਰਾਂ ਦੇ ਵਿੱਚ ਵੀ ਛੋਟੇ ਬੱਚਿਆਂ ਦੇ ਬੱਚਿਆਂ ਨੂੰ ਗਰਾਊਂਡ ਵੱਲ ਜੋੜਿਆ ਜਾਵੇ ਜੀ, ਉਹਨਾਂ ਨੂੰ ਤੁਸੀਂ ਤਾਂ ਲੈ ਕੇ ਜਾ ਸਕਦੇ ਹੋ। ਜਿਹੜਾ ਬੱਚਾ ਛੋਟਾ ਬੱਚਾ ਗਰਾਊਂਡ ਨਾਲ ਜੁੜ ਗਿਆ, ਉਹ ਨਹੀਂ ਵੀ ਇਕੱਲੀ ਐਥਲੈਟਿਕਸ ਹੀ ਕਰੂਗਾ, ਉਹ ਤੁਸੀਂ ਕਰਦਾ ਬੱਚਾ ਗਰਾਊਂਡ 'ਚ ਆਉਂਦਾ। ਜੇ ਛੋਟਾ ਬੱਚਾ ਗਰਾਊਂਡ 'ਚ ਆ ਗਿਆ, ਉਹਨੂੰ ਤੁਸੀਂ 2 ਸਾਲ ਟ੍ਰੇਨਿੰਗ ਦਿਓ, ਟ੍ਰੇਨਿੰਗ ਲੈ ਰਿਹਾ ਬੱਚਾ, ਉਹਦਾ ਇੰਟਰਸਟ ਵੇਖਿਆ ਜਾਣਾ, ਟੈਸਟ ਹੁੰਦਾ ਵੀ ਉਹਨੇ ਬਾਸਕਟਬਾਲ ਜਾਣਾ, ਵਾਲੀਬਾਲ 'ਚ ਜਾਣਾ, ਫੁੱਟਬਾਲ ਖੇਡਣਾ, ਹਾਕੀ 'ਚ ਜਾਣਾ, ਪਰ ਉਹਨੂੰ ਫਿਟਨੈਸ ਪਹਿਲਾਂ ਕਰਨੀ ਹੀ ਪੈਣੀ ਹੈ। ਇਹ ਵੀ ਸੀ ਜੋ ਵੀ ਸਟਰੈਂਥਿੰਗ ਹੈ ਉਹ ਅਕਸਰ ਕਰਨੀ ਪੈਣੀ ਹੈ। ਮੇਰਾ ਤਾਂ ਰੁਝਾਨ ਹੈ ਵੀ ਵੱਧ ਤੋਂ ਵੱਧ ਜਿਹੜੇ ਕੋਚ ਪਿੰਡਾਂ ਦੇ ਵਿੱਚ ਲਾ ਕੇ, ਸੈਂਟਰਾਂ ਦੇ ਛੋਟਿਆਂ ਸੈਂਟਰਾਂ ਦੇ ਵਿੱਚ ਲਾ ਕੇ ਤੇ ਉਹਨਾਂ ਨੂੰ ਆਪਾਂ ਨੂੰ ਕਰਕੇ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ। ਆਪਣੇ ਤੌਰ ਤੇ ਸਰਕਾਰ ਕੁਛ ਸਪੋਰਟ ਦੇਵੇ ਕੋਚਿਸ ਨੂੰ? ਦੇਖੋ ਜੀ, ਪਹਿਲਾਂ ਵੀ ਸੈਂਟਰ ਚੱਲਦੇ ਸੀਗੇ, ਬੱਚਿਆਂ ਨੂੰ ਵਿੰਗ ਸੀਗੇ, ਪੰਜਾਬ ਗੌਰਮੈਂਟ ਵੱਲੋਂ ਡਾਇਟ ਦਿੰਦੇ ਸੀ 100 ਰੁਪਇਆ, ਜਿਹੜਾ ਡੇ ਸਕਾਲਰ ਹੁੰਦਾ ਸੀ, ਬਹੁਤ ਵਧੀਆ ਸੈਂਟਰ ਚੱਲਦੇ ਸੀ। ਹੁਣ ਵੀ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ ਆ, ਤੇ ਮੈਂ ਕਹਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਕਰਨੀ ਚਾਹੀਦੀ ਹੈ ਵੀ ਵੱਧ ਤੋਂ ਵੱਧ ਸੈਂਟਰਾਂ ਦੇ ਵਿੱਚ ਵਿੰਗ ਦੇ ਕੇ। ਮਤਲਬ ਤੁਹਾਨੂੰ ਉਮੀਦ ਹੈ ਜਿਹੜੀ ਇਸ ਵੇਲੇ ਸਰਕਾਰ ਜਿੱਦਾਂ ਹੱਬ ਬਣੀ ਹੈ ਜਲੰਧਰ, ਇੱਥੇ ਵੱਧ ਤੋਂ ਵੱਧ ਜਿਹੜਾ ਜਿੰਨਾ ਬਾਰਡਰ ਏਰੀਆ ਆ ਉਹ ਸਾਰਾ ਇੱਥੇ ਆਣ ਕੇ ਐਡਮਿਸ਼ਨ ਲੈ ਸਕਦਾ ਜੀ ਜੀ ਜੀ, ਤੇ ਜਦੋਂ ਉਹਨੂੰ ਨੌਕਰੀ ਮਿਲ ਗਈ ਬੱਚੇ ਨੂੰ ਗਾਂ, ਤੇ ਉਹ ਆਪੇ ਨਹੀਂ ਬਾਹਰ ਜਾਊਗਾ। ਚਲੋ ਬਹੁਤ ਵਧੀਆ ਜੀ, ਬੜੀ ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੀ ਡੈਪਥ ਵਿੱਚ ਜਾ ਕੇ ਇੰਨੀ ਗੰਭੀਰਤਾਪੂਰਵਕ ਜਿਹੜੀ ਜਾਣਕਾਰੀ ਦਿੱਤੀ ਔਰ ਯੋਜਨਾਵਾਂ ਤੁਹਾਡੇ ਜ਼ਿਹਨ 'ਚ ਨੇ, ਤੇ ਫਿਰ ਵੀ ਕਿਤੇ ਪਰਮਾਤਮਾ ਜਾਏ ਤਾਂ ਫਿਰ ਮੁਲਾਕਾਤ ਰਾਹੀਂ ਵਗਾਈ ਹੁੰਦੀ ਰਹੀ। ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।